ਬਾਹਰੋਂ ਪੈਸੇ ਭੇਜੇ ਨੇ ਜਿਹੜੇ ਬੰਦੇ ਜੇ ਕੱਲ ਨੂੰ 10 ਬੰਦੇ ਸਾਹਮਣੇ ਆਣ ਕੇ ਪੈਸੇ ਮੰਗਦੇ ਨੇ ਜੇ ਹਿਸਾਬ ਕਿਤਾਬ ਮੰਗਦੇ ਨੇ ਤੇ ਇਹਨਾਂ ਨੂੰ ਹਿਸਾਬ ਕਿਤਾਬ ਦੇਣਾ ਚਾਹੀਦਾ ਭੱਜਣਾ ਨਹੀਂ ਚਾਹੀਦਾ ਇਹਨਾਂ ਗੱਲਾਂ ਦੇ ਮਸਲੇ ਦਾ ਹੱਲ ਇਹੀ ਆ ਜੇ ਗੋਲਡੀ ਹੋਣੀ ਗਲਤ ਵਾ ਤਾਂ ਗੋਲਡੀ ਹੋਣਾ ਨੂੰ ਸੰਗਤ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਆ ਤੇ ਆਪਣਾ ਕੰਮ ਦੁਬਾਰਾ ਰਨ ਕਰਨਾ ਚਾਹੀਦਾ ਵਾ ਜੇ ਉਹ ਗਲਤ ਨਹੀਂ ਤੇ ਫਿਰ ਉਹਨਾਂ ਨੂੰ ਪੂਰਾ ਹਿਸਾਬ ਕਿਤਾਬ ਸੰਗਤ ਦੇ ਸਾਹਮਣੇ ਰੱਖਣਾ ਚਾਹੀਦਾ ਵੀ ਗੋਲਡੀ ਨੇ ਇੰਨੀ ਗੱਲ ਕਹਿ ਦਿੱਤੀ ਮੈਂ ਐਨਜੀਓ ਰਨ ਨਹੀਂ ਕਰਦਾ ਪਰ ਜਿਹੜੀ ਡੋਨੇਸ਼ਨ ਸਾਰੀ ਜਾਂ ਮਤਲਬ ਵੀ ਲਈ ਗਈ ਉਹ ਇੱਕ ਐਨਜੀਓ ਦੇ ਨਾਂ ਦੀ ਲਈ ਗਈ ਆ ਹੁਣ ਇਸ ਗੱਲ ਤੋਂ ਗੋਲਡੀ ਭਜਦਾ ਵਾ ਗੋਲਡੀ ਪੁਨੀਤ ਗੋਲਡੀ ਕਹਿੰਦਾ ਵਾ ਕਿ ਮੈਨੂੰ ਮੇਰੇ ਮਹਿਕਮੇ ਦੇ ਕਮਿਸ਼ਨਰ ਨੇ ਮੈਨੂੰ ਕਿਹਾ ਵੀ ਤੁਸੀਂ ਸੇਵਾ ਕਰੋ ਕਿਉਂਕਿ ਕਮਿਸ਼ਨਰ ਦੀ ਜਿਹੜੀ ਰਿਸਪੋਂਸੀਬਿਲਟੀ ਪੋਸਟ ਆ ਉਹਨਾਂ ਨੂੰ ਇੰਨੀ ਗੱਲ ਦਾ ਕਾਨੂੰਨ ਦਾ ਪਤਾ ਹੋਣਾ ਚਾਹੀਦਾ ਜਿੰਨਾ ਚਿਰ ਐਨ ਜੀ ਓ ਪਹਿਲੀ ਗੱਲ ਰਜਿਸਟਰ ਨਹੀਂ ਭਾਵੇਂ ਰਜਿਸਟਰ ਵੀ ਹੋਵੇ ਪਰ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਵਾ ਉਹ ਇੱਕ ਐਨ ਜੀ ਓ ਨੂੰ ਰਨ ਨਹੀਂ ਕਰ ਸਕਦਾ ਗੋਲਡੀ ਹੋਣਾ ਕੋ ਚਾਰ ਗੱਡੀਆਂ ਵੀ ਦਿਸ ਰਹੀਆਂ ਗੋਲਡੀ ਹੋਣਾ ਦੇ ਉਹ ਬੰਦੇ ਗੱਡੀਆਂ ਦੇ ਓਨਰ ਵੀ ਨਾਲ ਇਹਨਾਂ ਦੇ ਦਿਸ ਰਹੇ ਉਸ ਤੋਂ ਬਾਅਦਾਂ ਕੋਈ ਇਹਨਾਂ ਦੀ ਵੀਡੀਓ ਨੱਚਦੇ ਟੱਪਣਿਆਂ ਦੀ ਜੋ ਇਹ ਕਰਦੇ ਫਿਰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਉਹ ਨਹੀਂ ਪੈ ਰਹੀ ਜਿਹੜਾ ਪੁਨੀਤ ਦੀਆਂ ਜਿਹੜੀਆਂ ਵੀਡੀਓ ਨੱਚਦੇ ਦੀਆਂ ਪੈਂਦੀਆਂ ਹੁੰਦੀਆਂ ਸੀ ਉਹ ਇੱਕ ਪਰਨਾ ਬੰਨ ਕੇ ਇੱਕ ਸੋਫੇ ਤੇ ਬਹਿ ਕੇ ਨਵਾਣਾ ਬਣ ਕੇ ਬਹਿ ਗਿਆ ਇਹ ਮਸਲਾ ਖਤਮ ਉਦੋਂ ਹੀ ਹੋਣਾ ਜੇ ਗੋਲਡੀ ਆਪਣੇ ਪੇਜ ਦੇ ਉੱਤੇ ਹਿਸਾਬ ਲਿਖ ਕੇ ਦਵੇ ਜਿਹੜੇ ਇਹਦੇ ਬੰਦੇ ਜਿਹੜੀ ਗੱਲ ਇਹ ਕਹਿੰਦਾ ਵੀ ਕੁਝ ਨੇ ਚੈਲੰਜ ਕੀਤਾ ਵੀ ਇਹਦੇ ਤੱਕ ਮੇਰੂ ਸੇਵਾ ਦਾ ਹਿਸਾਬ ਚਾਹੀਦਾ ਸੇਵਾ ਦਾ ਹਿਸਾਬ ਮੰਗਣ ਵਾਲੇ ਆਉਣਗੇ ਜਦੋਂ ਗੋਲਡੀ ਰਿਕਾਰਡ ਆਪਣਾ ਸਾਰਾ ਜਿਹੜਾ ਵਾ ਉਹ ਆਪਣੇ ਸੋਸ਼ਲ ਮੀਡੀਆ ਤੇ ਚਾੜ ਦੇਗਾ ਫਲਾਣੇ ਪਿੰਡੋਂ ਫਲਾਣੇ ਬੰਦੇ ਨੇ ਜੇ ਬੰਦੇ ਦਾ ਨਾਂ ਨਹੀਂ ਪਿੰਡ ਦਾ ਦੱਸਦੇ ਵੀ ਇੰਨੇ ਪੈਸੇ ਆਏ ਗੋਲਡੀ ਜਿਹੜਾ ਵਾ ਆਪਣਾ ਹਿਸਾਬ ਕਿਤਾਬ ਤੇ ਇੰਨਾ ਆਪਣਾ ਰੈਕਟ ਤੇ ਚਾੜੇ ਨਾ ਨੈਟ ਦੇ ਉੱਤੇ ਵੀ ਹਾਂ ਵੀ ਇੰਨਾ ਪੈਸਾ ਮੈਨੂੰ ਆਇਆ ਇੰਨਾ ਪੈਸਾ ਲੱਗ ਗਿਆ ਤੇ ਇੰਨਾ ਪੈਸਾ ਮੇਰੇ ਕੋਲ ਬਚੇ ਜੇ ਐਨ ਜੀ ਓ ਜਿਹੜਾ ਗੋਲਡੀ ਨਹੀਂ ਰਨ ਕਰਦਾ ਤਾਂ ਫਿਰ ਜਿਹੜੀ ਉਹਦੀ ਇੰਸਟਾਗ੍ਰਾਮ ਦੀ ਬਾਇਓਗ੍ਰਾਫੀ ਆ ਉਹਦੇ ਵਿੱਚ ਹੈਲਪਿੰਗ ਹੈਂਡ ਦਾ ਨਾਂ ਐਨ ਜੀ ਓ ਦਾ ਨਾਂ ਮੈਂਸ਼ਨ ਕੀਤਾ ਗਿਆ ਵਾ ਤੁਸੀਂ ਇਹ ਗੱਲ ਦੱਸੋ ਵੀ ਇਹਦੇ ਉੱਤੇ ਮੈਂਸ਼ਨ ਬਕਾਇਦਾ ਗੋਲਡੀ ਦੇ ਪੇਜ ਦੀਆਂ ਜਿਹੜੀਆਂ ਫੋਟੋਆਂ ਨੇ ਹਰੇਕ ਫੋਟੋ ਦੇ ਉੱਤੇ ਇਹਦਾ ਜਿਹੜਾ ਵਾ ਪੇਜ ਦਾ ਬਕਾਇਦਾ ਇਹਨੇ ਲਿਖਿਆ ਵਾ ਹਰੇਕ ਤਾਂ ਕਿ ਮੇਰਾ ਐਨ ਜੀ ਓ ਜਿਹੜਾ ਵਾ ਉਹ ਰਨ ਕਰਨ ਡਿਆ ਤੁਸੀਂ ਕੋਈ ਵੀ ਫੋਟੋ ਵੇਖ ਸਕਦੇ ਜੇ ਹੈਲਪਿੰਗ ਹੈਂਡ ਐਨ ਜੀ ਓ ਬੂਟਾ ਵਾਲੀ ਬੀਬੀ ਕੌਣ ਹੈ ਜੀ ਤੇ ਉਹਦੇ ਲਈ ਸਾਡਾ ਸਵਾਲ ਇਹ ਆ ਵੀ ਜੇ ਇੰਨਾ ਪੈਸਾ ਤੁਹਾਨੂੰ ਆਇਆ ਵਾ ਤੇ ਉਹ ਪੈਸਾ ਕਿੱਦਾਂ ਆਇਆ ਕਿੱਦਾਂ ਮਤਲਬ ਤੁਸੀਂ ਵਰਤਿਆ ਉਹਦਾ ਕੋਈ ਹਿਸਾਬ ਕਿਤਾਬ ਉਹਨੇ ਬੀਬੀ ਨੇ ਵੀ ਕਦੀ ਵੀ ਜਨਤਕ ਨਹੀਂ ਕੀਤਾ ਜਿਹੜੀ ਕਿ ਹੁਣ ਇਹ ਗੱਲ ਕਹਿ ਰਹੀ ਹੈ ਕਿ ਮੈਂ ਜਿਹੜਾ ਵਾ ਉਹ ਆਪਣੇ ਕਾਰੋਬਾਰ ਤੋਂ ਸੇਵਾ ਕਰੂੰਗੀ ਵਾਲ ਬਸ ਇੱਥੇ ਵਿਜ਼ੀਬਿਲਟੀ ਦਾ ਵਾ ਵੀ ਤੁਸੀਂ ਦਿਖਾ ਕੀ ਰਹੇ ਹੋ ਤੁਸੀਂ ਆ ਕੀ ਰਿਹਾ ਤੁਸੀਂ ਖਰੀਦ ਕੀ ਰਹੇ ਹੋ ਤੁਸੀਂ ਉਹ ਖਰੀਦ ਦੀ ਕੀਮਤ ਕੀ ਅੱਗੇ ਲੋਕਾਂ ਨੂੰ ਦੱਸ ਰਹੇ ਹੋ ਇਸ ਸਮੇਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹੈ ਗੋਲਡੀ ਪੀਪੀ ਤੇ ਪੁਨੀਤ ਪੀਪੀ ਤੇ ਬਘੇਲ ਸਿੰਘ ਬਘੇਲ ਸਿੰਘ ਕੁੱਤੇ ਖਾਣੀ ਨਾਂ ਦਾ ਪੇਜ ਤੁਸੀਂ ਸੁਣਿਆ ਹੀ ਹੋਏਗਾ ਜਿਹੜੀ ਰੋਜ਼ਾਨਾ ਕਾਫੀ ਜਿਹੜੀਆਂ ਪੋਸਟ ਨੇ ਗੋਲਡੀ ਪੀਪੀ ਅਤੇ ਪੁਨੀਤ ਪੀਪੀ ਦੇ ਖਿਲਾਫ ਜਿਹੜੀਆਂ ਪੋਸਟ ਕਰਦੇ ਨੇ ਤੇ ਉਹਨੂੰ ਦੇਖਦਿਆਂ ਹੋਇਆ ਹੀ ਤੁਹਾਨੂੰ ਪਤਾ ਹੀ ਹੈ ਵੀ ਮੁੱਦਾ ਕਾਫੀ ਜਿਹੜਾ ਹੈ ਆਨਲਾਈਨ ਭੱਖ ਚੁੱਕਿਆ ਹੈ ਤੇ ਉਹਨੂੰ ਦੇਖਦਿਆਂ ਗੋਲਡੀ ਪੀਪੀ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਵੀ ਉਹ ਹੁਣ ਅੱਗੇ ਤੋਂ ਸੇਵਾ ਨਹੀਂ ਕਰਨਗੇ ਹੁਣ ਇਸ ਤੇ ਸਾਡੇ ਨਾਲ ਬਘੇਲ ਸਿੰਘ ਜੀ ਮੌਜੂਦ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਘੇਲ ਸਿੰਘ ਜੀ ਹੁਣ ਖੁਸ਼ ਹੋ ਵੀ ਗੋਲਡੀ ਪੀਪੀ ਨੇ ਹੁਣ ਕਹਿ ਤਾ ਵੀ ਸੇਵਾ ਨਹੀਂ ਕਰਾਂਗਾ ਮੈਂ ਦੇਖੋ ਵੀਰ ਜੀ ਪਹਿਲਾਂ ਤੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨੂੰ ਹਾਂਜੀ ਵੇਖੋ ਗੋਲਡੀ ਨੂੰ ਕਿਸੇ ਨੇ ਸੇਵਾ ਕਰਨ ਤੋਂ ਰੋਕਿਆ ਹੀ ਨਹੀਂ ਨਾ ਗੋਲਡੀ ਨੂੰ ਨਾ ਕਿਸੇ ਹੋਰ ਬੰਦੇ ਨੂੰ ਜਿੰਨੇ ਵੀ ਬੰਦੇ ਸੇਵਾ ਕਰ ਰਹੇ ਆ ਉਹਨਾਂ ਦੇ ਉੱਤੇ ਸਾਰਾ ਸਾਡਾ ਸਾਰਿਆਂ ਦੇ ਐਲੀਗੇਸ਼ਨ ਨਹੀਂ ਹੈਗਾ ਸਾਡਾ ਕੁਝ ਬੰਦਿਆਂ ਦੇ ਉੱਤੇ ਐਲੀਗੇਸ਼ਨ ਆ ਜਿਨ੍ਹਾਂ ਦੇ ਕੋਈ ਵੀ ਕੰਮ ਪਾਰਦਰਸ਼ੀ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਹੁਣ ਪਹਿਲਾਂ ਤੇ ਇਹਨਾਂ ਨੇ ਇੱਕ ਐਨ ਜੀ ਓ ਬਣਾਇਆ ਸੀ ਪਰ ਹੁਣ ਉਹ ਇੰਨੀ ਗੱਲ ਕਹਿ ਰਹੇ ਵੀ ਮੈਂ ਐਨ ਜੀ ਓ ਕੋਈ ਚਲਾਉਂਦਾ ਹੀ ਨਹੀਂ ਇੱਕ ਇੰਟਰਵਿਊ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਐਨ ਜੀ ਓ ਚਲਾਉਂਦਾ ਵਾਂ ਉਸ ਤੋਂ ਬਾਅਦ 10 ਮਿੰਟ ਬਾਅਦ ਉਹਨੂੰ ਮੈਂ ਕਾਲ ਕਰਦਾ ਵਾਂ ਉਹ ਆਂਦਾ ਵੀ ਮੈਂ ਇਹ ਐਨ ਜੀ ਓ ਰਨ ਹੀ ਨਹੀਂ ਕਰਦਾ ਫਿਰ ਦੂਜੀ ਗੱਲ ਆ ਉਹ ਕਹਿੰਦਾ ਮੈਂ ਜਿਹੜੀ ਗੱਲ ਅਕਾਊਂਟਾਂ ਦੀ ਹਿਸਾਬ ਕਿਤਾਬ ਜਿਹੜੀ ਗੱਲਬਾਤ ਐਨ ਆਰ ਆਈ ਭਰਾਵਾਂ ਦੀ ਆਵਾਜ਼ ਹੀ ਜਿਹੜੀ ਉਹ ਚੁੱਕੀ ਗਈ ਸੀ ਸਾਰਿਆਂ ਦੀ ਤੇ ਉਹਦੇ ਵਿੱਚ ਜਦੋਂ ਮੈਂ ਅਕਾਊਂਟਾਂ ਦੀ ਗੱਲ ਕੀਤੀ ਤਾਂ ਉੱਥੇ ਗਾੜੀ ਉਹਦਾ ਇੱਕ ਹੋਰ ਗਾੜੀ ਮਤਲਬ ਵੀ ਸਮਝ ਕੇ ਨਿਕਲ ਕੇ ਆ ਜਾਂਦਾ ਮਾਮਲਾ ਵੀ ਉਹ ਇੱਕ ਜਿਹੜੀ ਲੋਕਾਂ ਕੋਲੋਂ ਮਦਦ ਵਾ ਉਹ ਕੈਸ਼ ਦੇ ਤੌਰ ਤੇ ਲੈ ਰਿਹਾ ਵਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਕਿੰਨੇ ਪੈਸੇ ਆਏ ਕਿੰਨੇ ਖਰਚੇ ਕਿੰਨੇ ਕਿੰਨੇ ਦਿੱਤੇ ਕਿਸੇ ਨੂੰ ਵੀ ਅੱਜ ਤੱਕ ਕੋਈ ਵੀ ਹਿਸਾਬ ਨਹੀਂ ਦਿੱਤਾ ਗਿਆ ਸਾਡਾ ਮਕਸਦ ਸੇਵਾ ਰੋਕਣਾ ਨਹੀਂ ਸਾਡਾ ਮਕਸਦ ਇਹ ਹੈਗਾ ਜਿੰਨਾ ਪੈਸਾ ਆਇਆ ਉਹਦੀ ਪ੍ਰਦਰਸ਼ਨ ਦੇ ਨਾਲ ਉਹਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਜਿੰਨਾ
ਵੀਰਾਂ ਨੇ ਪੈਸੇ ਭੇਜੇ ਨੇ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਭਾਵੇਂ ਗੁਪਤ ਤੌਰ ਤੇ ਜਾਂ ਆਪਣੇ ਪੇਜ ਦੇ ਉੱਤੇ ਜੇ ਤੁਸੀਂ ਨਹੀਂ ਵੀ ਨਾ ਪਾਉਣੇ ਉਹਨਾਂ ਦੇ, ਜੇ ਤੁਹਾਨੂੰ ਮਨਾ ਕੀਤਾ ਗਿਆ ਵੀ ਨਾ ਲਿਓ, ਪਰ ਫਿਰ ਵੀ ਤੁਸੀਂ ਇੰਨੀ ਪਾਰਦਰਸ਼ਤਾ ਰੱਖੋ ਕਿ ਇੰਨਾ ਪੈਸਾ ਸਾਨੂੰ ਆਇਆ ਵਾ, ਇੰਨਾ ਪੈਸਾ ਇਸ ਮਕਾਨ ਤੇ ਲੱਗਾ ਵਾ, ਇਹਦੇ ਵਿੱਚੋਂ ਇੰਨੇ ਪੈਸੇ ਬਚੇ ਜੋ ਅਸੀਂ ਅਗਲੇ ਮਕਾਨ ਦੇ ਵਿੱਚ ਵਰਤਣ ਲਈ ਜਿਹੜੇ ਕਰਾਂਗੇ, ਮਤਲਬ ਵੀ ਯੂਜ਼ ਕਰਾਂਗੇ ਉਹਨੂੰ। ਕਿਸੇ ਵੀ ਕਿਸਮ ਦੀ 1% ਦੀ ਵੀ ਇਹਨਾਂ ਦੇ ਮਤਲਬ ਵੀ ਸਿਸਟਮ ਦੇ ਵਿੱਚ ਪਾਰਦਰਸ਼ਤਾ ਨਹੀਂ ਗੀ ਹੈਗੀ। ਕਾਫੀ ਐਲੀਗੇਸ਼ਨ ਬਾਕੀ ਬੰਦਿਆਂ ਦੇ ਵੀ ਆ, ਸਿਰਫ ਮੇਰੇ ਕਰਕੇ ਨਹੀਂ ਗੇ, ਮੇਰੇ ਨਾਲ ਐਲੀਗੇਸ਼ਨ ਸਿਰਫ ਗੋਲਡੀ ਪੁਨੀਤ ਤੇ ਨਹੀਂ ਗੇ, ਮੇਰੇ ਐਲੀਗੇਸ਼ਨ ਜਿਹੜੇ ਆ ਉਹ ਮਨਦੀਪ ਤੇ ਵੀ ਸੀ, ਵੀ ਮੇਰੇ ਐਲੀਗੇਸ਼ਨ ਪੁਨੀਤ ਗੋਲਡੀ ਤੇ, ਟਾਂਗਰੇ ਵਾਲੀ ਬੀਬੀ ਤੇ, ਤੇ ਅਮਨਦੀਪ ਕੌਰ ਕੋਟਕਪੂਰਾ ਤੇ ਵੀ ਸੀ। ਤੁਹਾਡੀ ਗੋਲਡੀ ਬੀਬੀ ਨਾਲ ਫੋਨ ਤੇ ਗੱਲ ਹੋਈ, ਕਾਫੀ ਵਾਇਰਲ ਹੋ ਰਹੀ ਆ ਵੀਡੀਓ। ਪਹਿਲੀ ਗੱਲ ਗੋਲਡੀ ਨੇ ਕਹੀ ਹੈ, ਤੁਸੀਂ ਇੱਕ ਕੁੜੀ ਦੀ ਜਿਹੜੀ ਹੈ ਫੋਟੋ ਪਾ ਦਿੱਤੀ, ਉਹਦੇ ਕਰਕੇ ਜਿਹੜੀ ਹੈ ਕੁੜੀ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ, ਕੀ ਉਹ ਕੁੜੀ ਨੂੰ ਘਸੀਟਣਾ ਇਹਦੇ ਵਿੱਚ, ਤੁਹਾਨੂੰ ਕੀ ਲੱਗਦਾ ਸਹੀ ਸੀ? ਦੇਖੋ ਉਹ ਪੋਸਟ ਮੈਂ ਕਰੀਬ ਉਸ ਪੋਸਟ ਦੇ ਪੈਣ ਤੋਂ ਕਰੀਬ ਮੈਂ 8-9 ਘੰਟੇ ਬਾਅਦ ਸ਼ੇਅਰ ਕੀਤੀ ਆ, ਤੇ ਉਹ ਪੋਸਟ ਜਿਹੜੀ ਆ ਮੇਰੀ ਆਪਣੀ ਲਿਖਤ ਨਹੀਂ ਹੈਗੀ। ਉਹ ਜਿਹੜਾ ਮੁੰਡਾ ਮਰਿਆ ਵਾ ਉਸ ਕੁੜੀ ਦਾ ਕਰਕੇ, ਉਹਦੇ ਪਰਿਵਾਰ ਦੀ ਜਿਹੜੀ ਆ ਪੋਸਟ, ਮਤਲਬ ਵੀ ਉਹ ਹੈਗੀ ਸੀ ਕਿਸੇ ਮੈਂਬਰ ਦੀ, ਉਹ ਪਰਿਵਾਰ ਦਾ ਬੱਚਾ ਜਿਹੜਾ ਵਾ ਉਹ ਜਦੋਂ ਮਤਲਬ ਵੀ ਸਲਫਾਸ ਖਾ ਕੇ ਮਰਦਾ ਵਾ, ਤੇ ਉਹ ਤੋਂ 21 ਦਿਨ ਬਾਅਦ, ਕੋਈ 20-21 ਦਿਨ ਬਾਅਦ ਉਹਦਾ ਫੋਨ ਖੋਲਿਆ ਜਾਂਦਾ ਵਾ, ਜਿਹਦੇ ਵਿੱਚੋਂ ਉਸ ਫੋਨ ਦੇ ਵਿੱਚੋਂ ਉਸ ਮੁੰਡੇ ਨੂੰ ਮੈਂਟਲੀ ਟੋਰਚਰ ਕਰਨ ਦੀਆਂ ਕੁਝ ਉਹਨਾਂ ਨੂੰ ਪਰੂਫ ਮਿਲਦੇ ਆ, ਤੇ ਇਸ ਕੁੜੀ ਦੀਆਂ ਫੋਟੋਆਂ ਉਸ ਮੁੰਡੇ ਨਾਲ ਮਿਲਦੀਆਂ ਵਾ। ਹੁਣ ਗੋਲਡੀ ਵੀਰ ਮੇਰਾ ਕਹਿੰਦਾ ਵਾ ਕਿ ਤੁਸੀਂ ਮਤਲਬ ਵੀ ਉਹ ਕੁੜੀ ਨੂੰ ਮਤਲਬ ਵੀ ਜਿਹੜਾ ਵਾ ਡਿਪਰੈਸ਼ਨ ਦੇ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹੋ ਜਾਂ ਉਹਦੇ ਬਾਰੇ ਬੋਲ ਰਹੇ ਹੋ, ਤਾਂ ਮੈਂ ਗੋਲਡੀ ਵੀਰ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਜਿਹਨਾਂ ਦਾ 18-19 ਸਾਲ ਦਾ ਬੱਚਾ ਮਰ ਗਿਆ, ਕੀ ਉਹਨਾਂ ਦਾ ਪਰਿਵਾਰ ਡਿਪਰੈਸ਼ਨ 'ਚ ਨਹੀਂ? ਕੀ ਉਹਨਾਂ ਦੇ ਪਰਿਵਾਰ ਨੂੰ ਕੋਈ ਤੰਗੀ ਨਹੀਂ? ਇੱਥੇ ਤੇ ਸਿਰਫ ਇੱਕ ਜਿਹੜੀ ਗੱਲਬਾਤ ਹੋਈ ਹੈ, ਜਿਹੜੀ ਗੱਲ ਦੱਬੀ ਸੀ ਉਹ ਗੱਲ ਉਸ ਪਰਿਵਾਰ ਨੇ ਸਾਹਮਣੇ ਰੱਖੀ ਆ, ਤੇ ਉਹ ਪਰਿਵਾਰ ਦੀ ਜਿਹੜੀ ਗੱਲ ਵਾ ਉਹ ਗੱਲ ਤੋਂ ਬਾਅਦ ਹੁਣ ਜਿਹੜੀ ਕੋਈ ਵੀਡੀਓ ਉਹਦੀਆਂ ਦੀ ਕੋਈ ਪੋਸਟ ਜਾਂ ਫੋਟੋਆਂ ਵਾਇਰਲ ਹੋਈਆਂ, ਮੈਂ ਸਿਰਫ ਇੱਕ ਪੋਸਟ ਸ਼ੇਅਰ ਕੀਤੀ ਆ, ਨਾ ਕਿ ਮੈਂ ਕੋਈ ਉਹਦੇ ਉੱਤੇ ਆਪਣੀ ਨਿੱਜੀ ਤੌਰ ਦੇ ਉੱਤੇ ਲਿਖ ਕੇ ਜਿਹੜਾ ਪੋਸਟ ਕੀਤਾ ਵਾ। ਭਗਵੰਤ ਸਿੰਘ ਜੀ, ਗੱਲ ਇਹ ਆਉਂਦੀ ਹੈ ਵੀ ਨਾ ਉਧਰਲੀ ਸਾਈਡ ਤੋਂ ਕੋਈ ਡਾਕੂਮੈਂਟੇਸ਼ਨ ਪੇਸ਼ ਕੀਤੀ ਜਾ ਰਹੀ ਹੈ, ਨਾ ਤੁਹਾਡੇ ਵਾਲੀ ਸਾਈਡ ਤੋਂ ਜਿਹੜੀ ਹੈ ਡਾਕੂਮੈਂਟੇਸ਼ਨ ਪੇਸ਼ ਕੀਤੀ ਜਾਂਦੀ ਹੈ, ਹਵਾਈ ਚ ਗੱਲਾਂ ਹੋ ਰਹੀਆਂ। ਤੁਸੀਂ ਕਹਿ ਰਹੇ ਹੋ ਉਹ ਪਹਿਲਾਂ ਡਾਕੂਮੈਂਟੇਸ਼ਨ ਸਾਹਮਣੇ ਲਿਆਉਣ ਤੇ ਉਹ ਕਹਿ ਰਿਹਾ ਵੀ ਤੁਸੀਂ ਲਿਆਓ। ਨਹੀਂ ਦੇਖੋ, ਜੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਕੋਈ ਡਾਕੂਮੈਂਟੇਸ਼ਨ ਸਾਡੀ ਕੋਈ ਮਤਲਬ ਵੀ ਸਾਹਮਣੇ ਨਹੀਂ ਆ ਰਹੀ, ਤੇ ਇਹ ਤੇ ਤੁਸੀਂ ਗਲਤ ਕਹਿ ਰਹੇ ਹੋ, ਕਿਉਂਕਿ ਡਾਕੂਮੈਂਟੇਸ਼ਨ ਜਿਹੜੀ ਇਹਨਾਂ ਦੀ ਕੈਨੇਡਾ ਵਾਲੀ ਪੁਨੀਤ ਦੀ NGO ਵਾ, ਉਹ ਜਿਹੜੀ NGO ਦੇ ਅਸੀਂ ਮਤਲਬ ਬਕਾਇਦਾ ਐਡਰੈਸ ਤੇ ਪਹੁੰਚ ਕੀਤੀ ਆ, ਉਹਦੀ ਵੀਡੀਓ ਅਸੀਂ ਵਾਇਰਲ ਕੀਤੀ ਆ, ਬਕਾਇਦਾ ਪੁਨੀਤ ਨੂੰ ਉੱਥੇ ਇਨਾਮ ਰੱਖ ਕੇ ਉੱਥੇ ਹਮਦਰਦ TV ਦੇ ਉੱਤੇ ਆਉਣ ਦਾ ਅਸੀਂ ਸੱਦਾ ਦਿੱਤਾ ਉਹਨੂੰ। ਦੂਜੀ ਗੱਲ ਹੈਗੀ ਆ ਜਿਹੜੀ, ਜੇ ਮਤਲਬ ਵੀ ਅਸੀਂ ਪੇਪਰ ਵਰਕ ਦੀ ਤੁਸੀਂ ਗੱਲ ਕਰਦੇ ਹੋ ਵੀ ਕੋਈ ਸਬੂਤ ਸਾਹਮਣੇ ਨਹੀਂ ਦਿੱਤਾ, ਜਿਹੜਾ ਸਭ ਤੋਂ ਵੱਡਾ ਤੇ ਸਬੂਤ ਇਹੋ ਹੀ ਆ ਵੀ ਪੀ ਗੋਲਡੀ ਇੱਕ ਆਪਣੇ ਨਾਂ ਦੇ ਉੱਤੇ ਜਿਹੜਾ NGO ਚਲਾ ਰਿਹਾ ਵਾ, ਜਿਹਦੇ ਬਾਰੇ ਹੁਣ ਉਹ ਕਹਿਣ ਡਿਆ ਵੀ ਮੈਂ NGO ਨਹੀਂ ਚਲਾਉਂਦਾ, ਜਿਹੜਾ ਤੁਸੀਂ ਵੀਡੀਓ ਦੇ ਵਿੱਚ ਸੁਣ ਚੁੱਕੇ ਹੋ, ਉਹਨੇ ਇੰਨੀ ਗੱਲ ਕਹੀ ਆ ਕਿ ਮੈਂ ਕੋਈ NGO ਰਨ ਨਹੀਂ ਕਰਦਾ, ਇਹ ਤਾਂ ਤੁਸੀਂ ਸੁਣ ਚੁੱਕੇ ਹੋ ਨਾ, ਠੀਕ ਆ ਜੀ। NGO ਦੇ ਵਿੱਚ ਦੂਜੀ ਗੱਲ ਆ ਵੀ ਜੇ NGO ਜਿਹੜਾ ਗੋਲਡੀ ਨਹੀਂ ਰਨ ਕਰਦਾ, ਤਾਂ ਫਿਰ ਜਿਹੜੀ ਉਹਦੀ ਇੰਸਟਾਗ੍ਰਾਮ ਦੀ ਬਾਇਓਗ੍ਰਾਫੀ ਆ ਉਹਦੇ ਵਿੱਚ ਹੈਲਪਿੰਗ ਹੈਂਡ ਦਾ ਨਾਂ, NGO ਦਾ ਨਾਂ ਮੈਂਸ਼ਨ ਕੀਤਾ ਗਿਆ ਵਾ, ਤੁਸੀਂ ਇਹ ਗੱਲ ਦੱਸੋ ਵੀ ਇਹਦੇ ਉੱਤੇ ਮੈਂਸ਼ਨ ਆ, ਬਕਾਇਦਾ ਗੋਲਡੀ ਦੇ ਪੇਜ ਦੀਆਂ ਜਿਹੜੀਆਂ ਫੋਟੋਆਂ ਨੇ, ਹਰੇਕ ਫੋਟੋ ਦੇ ਉੱਤੇ ਇਹਦਾ ਜਿਹੜਾ ਵਾ ਪੇਜ ਦਾ ਬਕਾਇਦਾ ਇਹਨੇ ਲਿਖਿਆ ਵਾ ਹਰੇਕ ਥਾਂ ਕਿ ਮੇਰਾ NGO ਜਿਹੜਾ ਵਾ ਉਹ ਰਨ ਕਰਨ ਡਿਆ, ਤੁਸੀਂ ਕੋਈ ਫੋਟੋ ਵੇਖ ਸਕਦੇ ਜੇ, ਹੈਲਪਿੰਗ ਹੈਂਡ ਗੋਲਡੀ PP NGO, ਹੈਲਪਿੰਗ ਹੈਂਡ ਗੋਲਡੀ PP NGO, ਹੈਲਪਿੰਗ ਹੈਂਡ ਗੋਲਡੀ PP NGO, ਇਹਦੇ ਪੇਜ ਦੇ ਉੱਤੋਂ ਤਸਵੀਰਾਂ ਚੱਕੀਆਂ ਨੇ, ਨਾ ਕਿ ਤਸਵੀਰਾਂ ਅਸੀਂ ਐਡਿਟ ਕੀਤੀਆਂ, ਨਾ ਹੀ ਇਹ ਤਸਵੀਰਾਂ ਬਣਾਈਆਂ ਨੇ, ਠੀਕ ਆ ਨਾ ਜੀ। ਤੇ ਤੁਸੀਂ ਵੀ ਪਤਾ ਮਤਲਬ ਵੀ ਜਿਹੜੀ ਇੱਕ ਇਹਨਾਂ ਦਾ ਹੈਗਾ ਵਾ, ਹੁਣ ਪਹਿਲੀ ਤੇ ਗੱਲ ਆ ਵੀ ਗੋਲਡੀ ਨੇ ਇੰਨੀ ਗੱਲ ਕਹਿ ਦਿੱਤੀ ਵੀ ਮੈਂ NGO ਰਨ ਨਹੀਂ ਕਰਦਾ, ਪਰ ਜਿਹੜੀ ਡੋਨੇਸ਼ਨ ਸਾਰੀ ਜਾਂ ਮਤਲਬ ਵੀ ਲਈ ਗਈ ਉਹ ਇੱਕ NGO ਦੇ ਨਾਂ ਤੇ ਲਈ ਗਈ ਆ, ਹੁਣ ਇਸ ਗੱਲ ਤੋਂ ਗੋਲਡੀ ਭੱਜਦਾ ਵਾ। ਦੂਜੀ ਗੱਲ ਉਹ ਕਹਿੰਦਾ ਵੀ ਰਜਿਸਟਰ ਕਰਨ ਤੋਂ ਬਗੈਰ NGO ਚੱਲ ਸਕਦੀ, ਪਰ ਮੈਂ ਆਹਨਾਂ ਵੀ NGO ਦੇ 4 ਨੰਬਰ ਦਾ, 4 ਅੱਖਰ ਦਾ ਕੋਡ ਜਿਹੜਾ ਹੁੰਦਾ ਇੱਕ, ਉਹਨੂੰ ਮੈਨੂੰ ਉਹਦੀ ਮੇਰੇ ਵਿਸਰ ਗਿਆ ਦਿਮਾਗ ਚੋਂ ਕੀ ਉਹਨੂੰ FCRS ਕੁਝ ਕਰਕੇ ਕਹਿੰਦੇ ਆ, ਉਹ ਮਤਲਬ ਵੀ ਲੈਣਾ ਜ਼ਰੂਰੀ ਆ, ਉਹ ਤੋਂ ਬਿਨਾਂ ਤੁਸੀਂ NGO ਦੇ ਡੋਨੇਸ਼ਨ ਨਹੀਂ ਲੈ ਸਕਦੇ। ਦੂਜੀ ਗੱਲ ਇੱਥੇ ਇਹ ਆ ਜਾਂਦੀ ਆ ਕਿ ਗੋਲਡੀ ਪੁਨੀਤ ਗੋਲਡੀ ਕਹਿੰਦਾ ਵਾ ਕਿ ਮੈਨੂੰ ਮੇਰੇ ਮਹਿਕਮੇ ਦੇ ਕਮਿਸ਼ਨਰ ਨੇ ਮੈਨੂੰ ਕਿਹਾ ਵੀ ਤੁਸੀਂ ਸੇਵਾ ਕਰੋ। ਇੱਥੇ ਅਸੀਂ ਇੱਕ ਗੱਲ ਗੋਲਡੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਮਿਸ਼ਨਰ ਦਾ ਰੁਤਬਾ, ਕਮਿਸ਼ਨਰ ਦੀ ਜਿਹੜੀ ਪੋਸਟ ਵਾ ਉਹ ਵੈਰੀ
मतलब महकमे दे विच इलीगल काम करन दी मतलब भी आग्या दे सकदा क्योंकि कमिश्नर की जिहड़ी रिस्पोंसिबिलिटी पोस्ट आ उन्हां नूं इन्नी गल दा कानून दा पता होना चाहिए जिन्ना चिर एनजीओ पहली गल रजिस्टर नहीं भावे रजिस्टर भी होवे पर एक सरकारी मुलाजम जिहड़ा वा उह एक एनजीओ नूं रन नहीं कर सकदा। पहलां ते गोल्डी अपनी इस एनजीओ दे बारे उहदे पेज दे उत्ते सारियां पोस्टां दे उत्ते उहदी एनजीओ दा जिक्र कीता गया उहदे जिहड़ा हैगा वा उहदा इंस्टाग्राम पेज वा उहदे उत्ते उहने बकायदा जिहड़ा वा एनजीओ मतलब कि हैल्पिंग हैंड एनजीओ दा कीता वा मैंशन कीता वा अपना नाम इह सारा जी इह मसला वा इह उलझ जाण डिया वा अगे ना कोई उहदी लिखत पढ़त अजे तक गोल्डी उहदे ही जनतक कर दिता। ਹੁਣ ਗੋਲਡੀ ਜਿਹੜਾ ਕਹਿੰਦਾ ਪਹਿਲਾਂ ਐਨਜੀਓ ਦੇ ਨਾਂ ਤੇ ਡੋਨੇਸ਼ਨ ਲਈ ਹੁਣ ਉਹ ਅਗਾਂ ਮੈਂ ਐਨਜੀਓ ਰਨ ਹੀ ਨਹੀਂ ਕਰ ਰਿਹਾ ਪਹਿਲਾਂ ਤੇ ਆਪਣੀਆਂ ਇਹਨਾਂ ਗੱਲਾਂ ਦੀ ਕਲੈਰੀਫਿਕੇਸ਼ਨ ਦਵੇ ਗੋਲਡੀ ਵੀ ਇਹਨਾਂ ਗੱਲਾਂ ਦਾ ਮਤਲਬ ਕੀ ਨਿਚੋੜ ਕੀ ਨਿਕਲਦਾ ਵਾ। ਤੁਸੀਂ ਗੱਲ ਕੀਤੀ ਹੈ ਪੁਨੀਤ ਦੀ ਜਿਹੜੀ ਐਨਜੀਓ ਦੀ ਬਾਹਰ ਜਾ ਕੇ ਤੁਹਾਡੇ ਪੇਜ ਤੇ ਮੈਂ ਵੀ ਲਾਈਵ ਦੇਖਿਆ ਵੀ ਜਿਹੜਾ ਹੈ ਲਾਈਵ ਹੋਏ ਉਹ ਤੁਹਾਡੇ ਪੇਜ ਤੇ ਕੋਈ ਨਾ ਕੋਈ ਲਾਈਵ ਹੋਇਆ ਤੁਸੀਂ ਵੀਡੀਓ ਵੀ ਪਾਈ ਹੈ ਉਹ ਪਰ ਗੱਲ ਇਹ ਆਉਂਦੀ ਹੈ ਵੀ ਹੁਣ ਗੋਲਡੀ ਪੀਪੀ ਵੱਲੋਂ ਕਿਹਾ ਜਾਂਦਾ ਵੀ ਉਸ ਚੀਜ਼ ਦਾ ਜਵਾਬ ਮੇਰੇ ਕੋਲ ਨਹੀਂ ਪੁਨੀਤ ਕੋਲ ਲਓ। ਵੇਖੋ ਜੀ ਪਹਿਲਾਂ ਤੇ ਗੱਲ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਤੁਸੀਂ ਟਿਕਟੋਕ ਦੇ ਉੱਤੇ ਇਹਨਾਂ ਦੇ ਪੇਜ ਦੇ ਉੱਤੇ ਕਈ ਵਾਰੀ ਮਤਲਬ ਕਿ ਇਹ ਸਾਰੇ ਕਰੀਬ ਕਰੀਬ ਇਕੱਠੇ ਹੀ ਹੁੰਦੇ ਆ ਇਹਨਾਂ ਦੀਆਂ ਕਾਫੀ ਵੀਡੀਓ ਜਿਹੜੀ ਵੀਡੀਓ ਤੋਂ ਬਾਅਦ ਜਦੋਂ ਦੋ ਗੱਡੀਆਂ ਤੋਂ ਬਾਅਦ ਰੌਲਾ ਪਿਆ ਜਿਹੜੇ ਜਿਹੜਾ ਮਤਲਬ ਵੀ ਗੱਲਬਾਤ ਜਿਹੜੀ ਵੀ ਕੋਈ ਹੋਈ ਆ ਉਹ ਤੁਸੀਂ ਇੰਨੀ ਗੱਲ ਸਮਝੋ ਵੀ ਇਹ ਹੁਣ ਕਿੱਦਾਂ ਮਤਲਬ ਵੀ ਗੋਲਡੀ ਕਹਿ ਰਿਹਾ ਵਾ ਕਿ ਤੁਸੀਂ ਵੀ ਗੋਲਡੀ ਜਿਹੜਾ ਵਾ ਉਹਦਾ ਪੁਨੀਤ ਦਾ ਕੋਈ ਵੀ ਕੋਂਟੈਕਟ ਨਹੀਂ ਹੈਗਾ ਇਸ ਬਾਰੇ ਪੁਨੀਤ ਬਾਰੇ ਕੁਝ ਨਹੀਂ ਪਤਾ ਉਹਨੂੰ ਹਾਲਾਂਕਿ ਇੱਕ ਸੱਜਣ ਦੋਸਤ ਜਿਹੜਾ ਤੁਹਾਡੇ ਨਾਲ ਬਹਿੰਦਾ ਵਾ ਖਾਂਦਾ ਵਾ ਪੀਂਦਾ ਉਹਦੀ ਵੀ ਹਰੇਕ ਤੁਹਾਨੂੰ ਕੰਮ ਦਾ ਮਾੜੇ ਦਾ ਚੰਗੇ ਦਾ ਪਤਾ ਹੁੰਦਾ ਇਹ ਹੁਣ ਸਿਰਫ ਇੱਕ ਪੁਨੀਤ ਨੂੰ ਟਾਈਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੁਨੀਤ ਕੋਈ ਆਪਣੀ ਸੈਟਲਮੈਂਟ ਕਰ ਰਿਹਾ ਵਾ ਕੀ ਕਰ ਰਿਹਾ ਵਾ ਉਹ ਪੁਨੀਤ ਜਾਂ ਗੋਲਡੀ ਜਾਣਦੇ ਆ ਪਰ ਇਹ ਜਿਹੜਾ ਵਿੱਚ ਗੈਪ ਪੈ ਰਿਹਾ ਵਾ ਪੁਨੀਤ ਦੇ ਗਾਇਬ ਰਹਿਣ ਦਾ ਇਹ ਸਿਰਫ ਪੁਨੀਤ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ। ਬਘੇਲ ਜੀ ਗੱਲ ਇਹ ਆਉਂਦੀ ਹੈ ਵੀ ਕੁਛ ਲੋਕ ਕਮੈਂਟਾਂ 'ਚ ਇੰਨੀ ਗੱਲ ਵੀ ਕਹਿ ਦਿੰਦੇ ਆ ਤੁਸੀਂ ਵੀ ਕਮੈਂਟਾਂ 'ਚ ਪੜਿਆ ਹੈਗਾ ਤੁਹਾਡੀ ਸਮਾਜ ਨੂੰ ਕੀ ਦੇਣ ਤੁਸੀਂ ਉਹਦੇ ਮਗਰ ਕਿਹਾ ਜਾ ਰਿਹਾ ਹੱਥ ਧੋ ਕੇ ਪੈ ਗਏ ਉਹ ਜਿਹਨਾਂ ਲੋਕਾਂ ਦੀ ਉਹ ਸੇਵਾ ਕਰ ਰਿਹਾ ਸੀ ਉਹਨਾਂ ਦੀ ਸੇਵਾ ਵੀ ਹੁਣ ਰੁਕ ਜਾਏਗੀ। ਤੇ ਜਿਹੜੀ ਗੱਲ ਵਾ ਵੀ ਸੇਵਾ ਰੁਕਣ ਵਾਲੀ ਕੋਈ ਗੱਲ ਮੈਂ ਨਹੀਂ ਕੀਤੀ ਸੇਵਾ ਰੁਕਣੀ ਨਹੀਂ ਚਾਹੀਦੀ ਮੈਂ ਵੀ ਆਨਾ ਪਰ ਮੈਂ ਇੱਕ ਗੱਲ ਕਹਿਣਾ ਵਾ ਕਿ ਸੇਵਾ ਜੇ 10 ਪਰਿਵਾਰ ਦੀ ਆਈ ਆ ਤੇ 10 ਪਰਿਵਾਰਾਂ ਤੱਕ ਪਹੁੰਚੇ ਜੇ ਸੇਵਾ ਜਿਹੜੀ ਆ ਉਹ 10 ਛੱਤਾਂ ਦੀ ਆਈ ਆ ਤੇ 10 ਛੱਤਾਂ ਤੱਕ ਪਹੁੰਚੇ ਨਾ ਕਿ ਇੱਕ ਛੱਤ ਬਣ ਕੇ ਬਾਕੀ 9 ਛੱਤਾਂ ਜਿਹੜੀਆਂ ਗਬਨ ਹੋ ਜਾਣ ਨਾ ਜਿਹੜਾ ਇੱਕ ਵੀਡੀਓ ਪਾ ਕੇ ਜਿਹੜਾ ਪੈਸਾ 30-40-50 ਹਜ਼ਾਰ ਆਇਆ ਵਾ ਉਹ ਜਿਹੜਾ ਵਾ ਉਹ 2,000 ਰੁਪਈਏ ਦੇ ਵਿੱਚ ਜਿਹੜਾ ਵਾ ਉਹ ਸਾਰੀ ਸੈਟਲਮੈਂਟ ਉਸ ਪਰਿਵਾਰ ਦੇ ਵੀਡੀਓ ਤੋਂ ਵਾਧਾ ਕਰ ਦਿੱਤੀ ਜਾਵੇ ਵੀ ਇਸ ਪਰਿਵਾਰ ਨੂੰ ਅਸੀਂ ਸੌਦਾ ਲੈ ਕੇ ਦੇ ਦਿੱਤਾ ਪੱਖਾ ਲੈ ਕੇ ਪਰਿਵਾਰ ਲਈ ਕਿੰਨੀ ਹੈਲਪ ਆਈ ਹੈ ਕਿੰਨੀ ਹੈਲਪ ਜਿਹੜੀ ਵਰਤੀ ਗਈ ਆ ਤੇ ਕਿੰਨਾ ਪੈਸਾ ਬਚਿਆ ਤੇ ਉਹ ਕਿਸ ਪਰਿਵਾਰ ਲਈ ਵਰਤਿਆ ਗਿਆ ਵਾ ਅਸੀਂ ਇਹਦੇ ਵਿੱਚ ਇੱਕ ਵਿਜੀਬਿਲਟੀ ਚਾਹੁੰਦੇ ਹਾਂ ਜਿਹੜੇ ਇਹ ਕੰਮ ਚੱਲ ਰਿਹਾ। ਬਘੇਲ ਜੀ ਇੱਕ ਤੁਸੀਂ ਬੂਟਾਂ ਵਾਲੀ ਬੀਬੀ ਦੀ ਵੀ ਬੜੀ ਗੱਲਬਾਤ ਕਰਦੇ ਹੋ ਮੈਂ ਸਟੇਟਸ ਵੀ ਦੇਖੇ ਆ ਤੁਹਾਡੀ ਆਈਡੀ ਤੇ ਸਟੇਟਸ ਵੀ ਪਾਏ ਹੋਏ ਆ ਤੁਸੀਂ ਆਪਣੀ ਫੋਟੋਜ਼ ਵੀ ਅਪਲੋਡ ਕੀਤੀ ਹੋਈਆਂ ਬੂਟਾਂ ਵਾਲੀ ਬੀਬੀ ਕੌਣ ਹੈ ਜੀ? ਵੇਖੋ ਜੀ ਟਾਂਗਰੇ ਤੋਂ ਇੱਕ ਕੁੜੀ ਜਿਹੜੀ ਆ ਉਹ ਇੱਕ ਹਾਈਪਰ ਸਿਟੀ ਦੇ ਵਿੱਚ ਜੌਬ ਕਰਦੀ ਆ ਹਾਈਪਰ ਸਿਟੀ ਦੇ ਵਿੱਚ ਜੌਬ ਕਰਦਿਆਂ ਕਰਦਿਆਂ ਉਹ ਇੱਕ ਸਮਾਜ ਸੇਵਾ ਦਾ ਕੰਮ ਸ਼ੁਰੂ ਕਰਦੀ ਆ ਤੇ ਸਮਾਜ ਸੇਵਾ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਉਹ ਬੱਚਿਆਂ ਨੂੰ ਬੂਟ ਦਿੰਦੀ ਆ ਬੂਟ ਦੇਣ ਤੋਂ ਬਾਅਦ ਉਹ ਜਿਹੜੀ ਵੀਡੀਓ ਹੁੰਦੀ ਆ ਉਹ ਆਪਣੇ ਪੇਜ ਦੇ ਉੱਤੇ ਇੱਕ ਪੇਜ ਬਣਾ ਕੇ ਪੇਜ ਦੇ ਉੱਤੇ ਉਹਨੂੰ ਸਪੋਂਸਰ ਕਰਕੇ ਉਹ ਵੀਡੀਓ ਨੂੰ ਵਾਇਰਲ ਕਰਦੀ ਆ ਉਹ ਤੋਂ ਬਾਅਦ ਉਹ ਬੀਬੀ ਹੌਲੀ ਹੌਲੀ ਇੱਕ ਆਪਣੀ ਜੌਬ ਛੱਡ ਕੇ ਬਿਲਕੁਲ ਇਸ ਐਨਜੀਓ ਆਪਣਾ ਕੋਈ ਐਨਜੀਓ ਬਣਾ ਕੇ ਉਹਨੂੰ ਸਮਰਪਿਤ ਹੋ ਜਾਂਦੀ ਹੈ ਸਮਾਈਲ ਕੇਅਰ ਨਾਂ ਦੇ ਉੱਤੇ ਉਹਦਾ ਐਨਜੀਓ ਬਣਾ ਕੇ ਉਹਦੇ ਵਿੱਚ ਉਹ ਹੌਲੀ 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 ਮਤਲਬ ਵੀ ਜਿਹੜੀ ਇੱਕ ਜੋੜੇ ਤੋਂ ਦੂਜੇ ਜੋੜੇ ਤੱਕ ਉਹ ਆਉਂਦਿਆਂ ਆਉਂਦਿਆਂ ਤੱਕ ਇੱਕ ਦਾਨ ਦੇ ਤੌਰ ਤੇ ਆਈ ਰਾਸ਼ੀ ਦੇ ਵਿੱਚੋਂ ਇੱਕ ਆਪਣੀ ਸ਼ੂਜ਼ ਕੰਪਨੀ ਦੀ ਤੇ ਉਹਦੇ ਲਈ ਸਾਡਾ ਸਵਾਲ ਇਹ ਆ ਵੀ ਜੇ ਇੰਨਾ ਪੈਸਾ ਤੁਹਾਨੂੰ ਆਇਆ ਵਾ ਤੇ ਉਹ ਪੈਸਾ ਕਿੱਦਾਂ ਆਇਆ ਕਿੱਦਾਂ ਮਤਲਬ ਤੁਸੀਂ ਵਰਤਿਆ ਉਹਦਾ ਕੋਈ ਹਿਸਾਬ ਕਿਤਾਬ ਉਹਨੇ ਬੀਬੀ ਨੇ ਵੀ ਕਦੀ ਵੀ ਜਨਤਕ ਨਹੀਂ ਕੀਤਾ ਜਿਹੜੀ ਕਿ ਹੁਣ ਇਹ ਗੱਲ ਕਹਿ ਰਹੀ ਹੈ ਕਿ ਮੈਂ ਜਿਹੜਾ ਵਾ ਉਹ ਆਪਣੇ ਕਾਰੋਬਾਰ ਤੋਂ ਸੇਵਾ ਕਰੂੰਗੀ। ਪਹਿਲੀ ਤਾਂ ਗੱਲ ਇਹ ਆ ਬਾਬਾ ਜੀ ਕਾਰੋਬਾਰ ਤੋਂ ਸੇਵਾ ਜਿਹੜੀ ਹੈ ਕਾਰੋਬਾਰ ਫਿਕਸ ਕਿੱਥੋਂ ਕੀਤਾ ਗਿਆ ਕਿਉਂਕਿ ਤੁਸੀਂ ਤਾਂ 10,000 ਰੁਪਏ ਦੀ ਨੌਕਰੀ ਕਰਦੇ ਸੀ 10,000 ਰੁਪਏ ਦੀ ਨੌਕਰੀ ਵਿੱਚ ਤੁਸੀਂ ਏਡਾ ਤਕੜਾ ਬਿਜ਼ਨਸ ਜਿਹੜਾ ਵਾ ਉਹ ਤੁਸੀਂ ਨਹੀਂ ਖੜਾ ਕਰ ਸਕਦੇ
क्योंकि तुहाडे घर दी हालात जिहड़ी आ तुहाडी इक तुहाडे पिता जी चक्की दा काम करदे ने, चक्की दे काम दे उत्तो तुसीं एडा तगड़ा मतलब बिजनेस जिहड़ा शुरू नहीं कर सकदे। तुसीं वड्डियां कंपनियां को अपनी कंपनी राहीं 50-50 हज़ार जोड़ा जिहड़ा वा उह पेयर खरीददे हो, फिर उहनां जोड़ियां दी जिहड़ी कीमत वा ਉਹ ਜੋੜਿਆਂ ਦੇ ਹਿਸਾਬ ਦੇ ਨਾਲ ਤੁਸੀਂ 350 ਰੁਪਏ ਤੋਂ ਲੈ ਕੇ 390 ਰੁਪਏ ਤੱਕ ਚਾਰਜ ਕਰਦੇ ਹੋ, ਜਿਨ੍ਹਾਂ ਦੀ ਕੀਮਤ 170 ਤੋਂ 180 ਤੱਕ ਵਾ, ਮੈਕਸੀਮਮ ਇੱਥੋਂ ਤੱਕ ਵਾ। ਪਰ ਤੁਸੀਂ ਜਿਹੜਾ ਹਿਸਾਬ ਕਿਤਾਬ ਲੋਕਾਂ ਅੱਗੇ ਪੈਸਾ ਆਏ ਦੇ ਐਨ ਜੀ ਓ ਦੇ ਪੈਸੇ ਵਰਤੇ ਲਈ, ਇਹਦੀ ਸਾਰੀ ਡਿਟੇਲ, ਕਿੰਨੇ ਪੈਸੇ ਸ਼ੂਆਂ ਦੇ ਇਹਨਾਂ, ਕਿੰਨੇ ਪੇਅਰ ਲਏ ਨੇ, ਕਿੰਨੇ ਪੇਅਰ ਇਹਨਾਂ ਨੇ ਦਿੱਤੇ ਨੇ, ਕੀ ਰੇਟ ਲੱਗਾ ਇੱਕ ਪੇਅਰ ਸ਼ੂਜ਼ ਦਾ, ਉਹ ਸਾਰਾ ਕੁਝ ਹੀ ਆਪਣਾ ਜਿਹੜਾ ਵਾ ਉਹ ਮਤਲਬ ਕਿ ਆਪਾਂ ਪੇਜ ਦੇ ਉੱਤੇ ਆਪਣੇ ਤੇ ਮੈਂ ਪਾਇਆ ਵਾ, ਉਹ ਤੁਸੀਂ ਚੈੱਕ ਕਰ ਸਕਦੇ ਹੋ। ਸਵਾਲ ਬਸ ਇੱਥੇ ਵਿਜੀਬਿਲਟੀ ਦਾ ਵਾ ਵੀ ਤੁਸੀਂ ਦਿਖਾ ਕੀ ਰਹੇ ਹੋ, ਤੁਸੀਂ ਆ ਕੀ ਰਿਹਾ, ਤੁਸੀਂ ਖਰੀਦ ਕੀ ਰਹੇ ਹੋ, ਤੁਸੀਂ ਉਹ ਖਰੀਦ ਦੀ ਕੀਮਤ ਕੀ ਅੱਗੇ ਲੋਕਾਂ ਨੂੰ ਦੱਸ ਰਹੇ ਹੋ। ਸਵਾਲ ਬਸ ਸਿਰਫ ਇੱਥੇ ਪੈਸਾ ਗਬਨ ਕਰਨ ਦਾ। ਤੁਸੀਂ ਇੱਕ ਦਫ਼ਤਰ ਲੈ ਲਿਆ, ਤੁਸੀਂ ਇੱਕ 10,000 ਦੀ ਨੌਕਰੀ ਤੋਂ ਦਫ਼ਤਰ ਲੈ ਲਿਆ, ਦਫ਼ਤਰ ਬਣਾ ਕੇ ਬੈਠ ਗਏ, ਤੁਸੀਂ 50 ਬੰਦੇ ਰੱਖ ਲਏ, ਉਹ ਪੈਸੇ ਦਾ ਇੰਨੀ ਮਤਲਬ ਵੀ ਜਿਹੜੀ ਇੰਨਾ ਪੈਸਾ ਤੁਹਾਡੇ ਕੋਲੋਂ ਕਿੱਥੋਂ ਆਇਆ, ਇਹ ਵੀ ਤੇ ਪਤਾ ਲੱਗਣਾ ਚਾਹੀਦਾ ਨਾ ਲੋਕਾਂ ਨੂੰ ਵੀ ਕਿੱਥੋਂ ਆਇਆ। ਕਿ ਇੱਕ 10,000 ਦੀ ਨੌਕਰੀ ਤੋਂ ਲੈ ਕੇ ਲੱਖਾਂ ਰੁਪਈਏ ਦਾ ਬਿਜ਼ਨਸ ਜਿਹੜਾ ਵਾ ਉਹ ਉੱਥੇ ਤੱਕ ਸੈਟਲ ਕਰਨ ਦੇ ਵਿੱਚ ਕਿੰਨੇ ਤੁਹਾਡੀ ਹੈਲਪ ਕੀਤੀ, ਕਿ ਤੁਸੀਂ ਜਿਹੜਾ ਲੋਕਾਂ ਦਾ ਪੈਸਾ ਤੁਹਾਨੂੰ ਦਾਨ ਆਇਆ ਉਹਦੇ ਵਿੱਚੋਂ ਜਿਹੜੀ ਆ ਗਬਨ ਕਰਕੇ ਪੈਸਾ ਤੇ ਆਪਣੇ ਆਪ ਨੂੰ ਇੱਥੋਂ ਤੱਕ ਲੈ ਕੇ ਆਏ ਹੋ। ਬਗੇਲ ਸਿੰਘ ਜੀ, ਹੁਣ ਮੈਂ ਦੁਬਾਰਾ ਗੋਲਡੀ ਦੇ ਮੁੱਦੇ ਤੇ ਆਉਂਦਾ। ਤੁਸੀਂ ਵੀਡੀਓ ਪਾਉਂਦੇ ਹੋ, ਗੋਲਡੀ ਵੀਡੀਓ ਪਾ ਰਹੇ ਹੈ, ਗੱਲ ਇਹ ਵੈ ਇਸ ਚੀਜ਼ ਦਾ ਅੰਤ ਕੀ ਹੋਏਗਾ? ਤੁਸੀਂ ਵੀ ਇਹ ਵੀਡੀਓ ਪਾਈ ਜਾ ਰਹੇ ਹੋ, ਗੋਲਡੀ ਵੀ ਜਵਾਬ ਹੁਣ ਤੁਹਾਨੂੰ, ਜਿਹੜਾ ਗੋਲਡੀ ਅੱਗੇ ਨਹੀਂ ਆ ਰਿਹਾ ਸੀ, ਗੋਲਡੀ ਨੇ ਵੀ ਜਵਾਬ ਆਣੇ ਤੁਹਾਨੂੰ ਦੇਣੇ ਸ਼ੁਰੂ ਕਰਤੇ, ਚੈਨਲ ਤੇ ਆ ਕੇ ਤੁਹਾਡੇ ਨਾਲ ਕਾਲ ਜਿਹੜੀ ਹੈ ਇੰਟਰਵਿਊ ਕੀਤੀ ਗਈ ਹੈ, ਅੰਤ ਕੀ ਹੈ ਇਸ ਚੀਜ਼ ਦਾ? ਵੇਖੋ, ਅੰਤ ਤੇ ਜਿਹੜੀ ਗੱਲ ਗੋਲਡੀ ਨੇ ਕੀਤੀ ਆ ਉਹਦੇ ਵਿੱਚ ਗੋਲਡੀ ਦਾ ਕੋਈ ਵਿਜੀਬਲ ਹਿਸਾਬ ਆਉਣ ਦਾ ਤੇ ਮਸਲਾ ਖਤਮ ਹੋ ਗਿਆ ਵੀ ਉਹਦਾ ਕੋਈ ਵਿਜੀਬਲ ਹਿਸਾਬ ਆਊਗਾ, ਕਿਉਂਕਿ ਉਹਨੇ ਜਿਸ ਤਰੀਕੇ ਨਾਲ ਲੋਕਾਂ ਕੋਲ ਪੈਸੇ ਲਏ ਉਹ ਕਦੀ ਵੀ ਏਦਾਂ ਦਾ ਹਿਸਾਬ ਕਿਤਾਬ ਨਹੀਂ ਦੇ ਸਕੇਗਾ ਗੋਲਡੀ। ਬਾਕੀ ਦੂਜੀ ਗੱਲ ਆ, ਮੈਂ ਗੋਲਡੀ ਨੂੰ ਇੱਕ ਰਾਤੀ ਗੱਲ ਕਹੀ ਸੀ ਵੀ ਗੋਲਡੀ ਵੀਰੇ, ਜੇ ਤੇਰੇ ਕੋਲੋਂ ਕੋਈ ਗਲਤੀ ਹੋਈ ਆ ਤਾਂ ਤੂੰ ਸੰਗਤ ਦੇ ਅੱਗੇ ਆਣ ਕੇ ਤੂੰ ਆਪਣੀ ਗਲਤੀ ਮੰਨ ਕੇ ਆਪਣਾ ਕੰਮ ਸ਼ੁਰੂ ਕਰ, ਸ਼ੁਰੂ ਰੱਖ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਗੋਲਡੀ ਨੇ ਜਦੋਂ ਇਹ ਰੌਲਾ ਪੈ ਗਿਆ ਵਾ, ਜਦੋਂ ਇਹ ਰੌਲਾ ਪੈਣ ਤੋਂ ਬਾਅਦ ਗੋਲਡੀ ਹੋਣਾ ਕੋ ਚਾਰ ਗੱਡੀਆਂ ਵੀ ਨੀ ਦਿਸ ਰਹੀਆਂ, ਗੋਲਡੀ ਹੋਣਾ ਦੇ ਉਹ ਬੰਦੇ ਗੱਡੀਆਂ ਦੇ ਓਨਰ ਵੀ ਨੀ ਨਾਲ ਇਹਨਾਂ ਦੇ ਦਿਸ ਰਹੇ, ਉਸ ਤੋਂ ਬਾਅਦ ਕੋਈ ਇਹਨਾਂ ਦੀ ਵੀਡੀਓ ਨੱਚਦੇ ਟੱਪਦਿਆਂ ਦੀ ਜੋ ਇਹ ਕਰਦੇ ਫਿਰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਉਹ ਨੀ ਪੈ ਰਹੀ, ਜਿਹੜਾ ਪੁਨੀਤ ਦੀਆਂ ਜਿਹੜੀਆਂ ਵੀਡੀਓ ਨੱਚਦੀਆਂ ਪੈਂਦੀਆਂ ਹੁੰਦੀਆਂ ਸੀ ਉਹ ਇੱਕ ਪਰਨਾ ਬੰਨ ਕੇ ਇੱਕ ਸੋਫੇ ਤੇ ਬਹਿ ਕੇ ਨਵਾਣਾ ਬਣ ਕੇ ਬਹਿ ਗਿਆ, ਸਾਹਮਣੇ ਨਹੀਂ ਆ ਰਿਹਾ। ਦੂਜੀ ਗੱਲ ਏਦਾਂ ਵਾ ਵੀ ਜਿਹੜੀ ਗੋਲਡੀ ਨੇ ਸਾਹਮਣੇ ਆਉਣ ਤੇ ਬਾਅਦ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਵਾ, ਤੁਹਾਨੂੰ ਕੀ ਲੱਗਦਾ ਵਾ ਵੀ ਉਹਨਾਂ ਦੇ ਵਿੱਚ ਕੋਈ ਵਿਜੀਬਿਲਟੀ ਹੈਗੀ ਆ? ਅਜੇ ਤੱਕ ਉਹਨੇ ਵਿਜੀਬਿਲਟੀ ਕੋਈ ਦਿਖਾਈ ਆ, ਪਾਰਦਰਸ਼ਤਾ ਕੋਈ ਦਿਖਾਈ ਆ ਸਾਹਮਣੇ ਆਉਣ ਤੇ? ਇਹ ਮਸਲਾ ਖਤਮ ਉਦੋਂ ਹੀ ਹੋਣਾ ਜੇ ਗੋਲਡੀ ਆਪਣੇ ਪੇਜ ਦੇ ਉੱਤੇ ਹਿਸਾਬ ਲਿਖ ਕੇ ਦੇਵੇ ਜਿਹੜੇ ਇਹਦੇ ਬੰਦੇ। ਜਿਹੜੀ ਗੱਲ ਇਹ ਕਹਿੰਦਾ ਵੀ ਕਿਸੇ ਨੇ ਚੈਲੰਜ ਕੀਤਾ ਵੀ ਅਜੇ ਤੱਕ ਮੈਨੂੰ ਸੇਵਾ ਦਾ ਹਿਸਾਬ ਚਾਹੀਦਾ, ਸੇਵਾ ਦਾ ਹਿਸਾਬ ਮੰਗਣ ਵਾਲੇ ਆਉਣਗੇ ਜਦੋਂ ਗੋਲਡੀ ਰਿਕਾਰਡ ਆਪਣਾ ਸਾਰਾ ਜਿਹੜਾ ਵਾ ਉਹ ਆਪਣੇ ਸੋਸ਼ਲ ਮੀਡੀਆ ਤੇ ਚਾੜ ਦੇਗਾ, ਫਲਾਨੇ ਪਿੰਡੋਂ ਫਲਾਨੇ ਬੰਦੇ ਨੇ, ਜੇ ਬੰਦੇ ਦਾ ਨਾਂ ਨਹੀਂ ਪਿੰਡ ਦਾ ਦੱਸਦੇ ਵੀ ਇੰਨੇ ਪੈਸੇ ਆਏ, ਜਦੋਂ ਜਿਹੜਾ ਉਹਦਾ ਹਿਸਾਬ ਜਨਤਕ ਹੋ ਜਾਏਗਾ, ਜਿੰਨੇ ਫਿਰ ਪੈਸੇ ਭੇਜੇ ਜਿਹਦਾ ਨਾਂ ਨਾ ਮੈਂਸ਼ਨ ਹੋਏਗਾ ਉਹ ਦੁਬਾਰਾ ਸਾਹਮਣੇ ਆਣ ਕੇ ਫਿਰ ਆਪਣੀ ਗੱਲ ਰੱਖ ਦੇਣਗੇ। ਬਾਕੀ ਕੁਝ ਵੀਡੀਓ ਸਾਡੇ ਕੋਲ ਵੀ ਪਹੁੰਚੀਆਂ ਵਾ, ਉਹ ਅਸੀਂ ਕੱਲ ਪਰਸੋਂ ਤੱਕ ਕਰ ਦਿਆਂਗੇ, ਕਿਉਂਕਿ ਮੇਰਾ ਜਿਹੜਾ ਨਾਲ ਦਾ ਮੁੰਡਾ ਵਾ ਉਹ ਗਿਆ ਵਾ ਇੱਥੇ, ਮਤਲਬ ਕਿ ਕੈਨੇਡਾ ਰਹਿੰਦਾ, ਉਹ ਕੈਨੇਡਾ ਦੇ ਵਿੱਚੋਂ ਉਹਨੇ ਥੋੜੀਆਂ ਭੇਜੀਆਂ ਸੀ ਮੈਨੂੰ ਵੀਡੀਓ, ਪਰ ਉਹ ਕਿਸੇ ਬੰਨੇ ਬਿਜ਼ੀ ਆ, ਉਹਨੇ ਉਹ ਮਤਲਬ ਕਿ ਨਹੀਂ ਉਹਦਾ ਕੰਟੈਕਟ ਹੋਇਆ। ਇੱਕ ਦੇ ਦਿਨ 'ਚ ਸ਼ਾਇਦ ਸ਼ਾਮ ਤੱਕ ਜਾਂ ਕੱਲ੍ਹ ਸ਼ਾਮ ਤੱਕ ਜਾਂ ਪਰਸੋਂ ਤੱਕ ਹੀ ਸਵੇਰ ਤੱਕ ਪਾ ਦਿਆਂਗੇ, ਪਰ ਉਨੀ ਦੇਰ ਤੱਕ ਗੋਲਡੀ ਜਿਹੜਾ ਵਾ ਆਪਣਾ ਹਿਸਾਬ ਕਿਤਾਬ ਤੇ ਇੰਨਾ ਆਪਣਾ ਰੈਕਡ ਤੇ ਚਾੜੇ ਨਾ ਨੈੱਟ ਦੇ ਉੱਤੇ ਵੀ ਹਾਂ ਵੀ ਇੰਨਾ ਪੈਸਾ ਮੈਨੂੰ ਆਇਆ, ਇੰਨਾ ਪੈਸਾ ਲੱਗ ਗਿਆ ਤੇ ਇੰਨਾ ਪੈਸਾ ਮੇਰੇ ਕੋਲ ਬਚਿਆ। ਤੁਸੀਂ ਵੀਡੀਓਜ਼ ਦੀ ਗੱਲ ਕਰ ਰਹੇ ਹੋ, ਕੀ ਉਹ ਵੀਡੀਓਜ਼ ਆ ਤੁਸੀਂ ਚਲਦੀ ਇੰਟਰਵਿਊ 'ਚ ਦਿਖਾ ਸਕਦੇ ਹੋ, ਕੋਈ ਇੱਕ ਅੱਧੀ ਵੀਡੀਓ? ਨਹੀਂ, ਚਲਦੀ ਇੰਟਰਵਿਊ ਦੇ ਵਿੱਚ ਤੇ ਵੇਖੋ ਦਿਖਾਉਣ ਦਾ ਕੋਈ ਮਕਸਦ ਹੀ ਨਹੀਂ ਹੈਗਾ ਨਾ, ਚਲਦੀ ਵੀਡੀਓ ਜੇ ਜਾਂ ਤੇ ਹੋਵੇ ਨਾ, ਚਲਦੀ ਵੀਡੀਓ ਦੇ ਵਿੱਚ ਗੋਲਡੀ ਨੇ ਸਾਨੂੰ ਕਿਤੇ ਇੱਕ ਪਰਚੀ ਹਿਸਾਬ, ਹੁਣ ਗੋਲਡੀ ਇੱਕ 25 ਘਰ ਸ਼ੁਰੂ ਕਰ ਦਿੱਤੇ ਗੋਲਡੀ ਨੇ, ਇਸ ਪਹਿਲਾਂ ਉਹਨੇ ਕਿਹਾ ਮੈਂ 50 ਘਰ ਸ਼ੁਰੂ ਕੀਤੇ, ਰਾਤੀ ਉਹਨੇ ਮੈਨੂੰ ਆਖਿਆ ਮੈਂ 25 ਘਰ ਸ਼ੁਰੂ ਕੀਤੇ ਆ, ਉਹ 25 ਘਰ ਜਿਹੜੇ ਆ 25 ਘਰਾਂ ਦੇ ਵਿੱਚ ਆਪਣੇ ਅਕਾਊਂਟ ਦੇ ਵਿੱਚ ਉਹਨੇ ਦਿਖਾਇਆ ਕਿ ਮੇਰੇ ਅਕਾਊਂਟ ਦੇ ਵਿੱਚ ਇੱਕ ਅਕਾਊਂਟ ਦੇ ਵਿੱਚ 14 ਲੱਖ, ਇੱਕ ਅਕਾਊਂਟ ਦੇ ਵਿੱਚ 4.25 ਲੱਖ ਰੁਪਈਆ। ਹੁਣ ਉਹ 25 ਘਰ ਸ਼ੁਰੂ ਕਰਨ ਲਈ ਪਹਿਲਾਂ ਤੇ ਉਹ ਬੈਂਕ ਆਪਣੀ ਦੀ ਉਸ ਦੀ ਸਟੇਟਮੈਂਟ ਸ਼ੁਰੂ ਕਰੇ, ਉਹ 25 ਘਰਾਂ ਦਾ ਜਿਹੜਾ ਸ਼ੁਰੂ ਕਰਾਉਣ ਲਈ ਪੈਸਾ ਸੀ ਉਹ ਇਹਨਾਂ ਅਕਾਊਂਟਾਂ ਦੇ ਵਿੱਚੋਂ ਹੀ ਕਢਾਇਆ, ਜਾਂ ਜਿਹੜਾ ਪੈਸਾ ਸੀ ਉਹ ਘਰ ਲਿਆਣ ਕੇ ਰੱਖਿਆ ਗਿਆ ਸੀ ਪਹਿਲਾਂ, ਜਿਹੜਾ ਕੈਸ਼ ਦੇ ਤੌਰ ਤੇ ਲਿਆਣ ਕੇ ਰੱਖਿਆ ਗਿਆ ਸੀ? ਇਸ ਗੱਲ ਦਾ ਕਿੱਦਾਂ ਪਤਾ ਲੱਗੇਗਾ ਵੀ ਉਹ ਜਿਹੜਾ ਪੈਸਾ ਕਿੰਨਾ ਪੈਸਾ ਜਿਹੜਾ ਵਾ ਉਹ
ਕੈਸ਼ ਦੇ ਤੌਰ ਤੇ ਇੱਥੇ ਘਰ ਲਿਆਣ ਕੇ ਰੱਖਿਆ ਗਿਆ ਸੀ। ਹੁਣ 25 ਘਰ ਤਿਆਰ ਹੋਣ ਤੋਂ ਬਾਅਦ ਇਹਦੇ ਅਕਾਊਂਟ ਦੇ ਵਿੱਚੋਂ, ਇਹਨਾਂ ਦੋਵਾਂ ਅਕਾਊਂਟਾਂ ਦੇ ਵਿੱਚੋਂ ਕਿੰਨੀ ਰਾਸ਼ੀ ਹਿੱਲਦੀ ਆ, ਕਿੰਨੀ ਰਾਸ਼ੀ ਖਤਮ ਹੁੰਦੀ ਆ, ਕਿ ਉਹ ਬਾਅਦ ਦੇ ਵਿੱਚ ਹੋਰ ਰਾਸ਼ੀ ਵੀ ਉਹਨਾਂ 25 ਮਕਾਨਾਂ ਨੂੰ ਬਣਾਉਣ ਲਈ ਆਉਂਦੀ ਆ, ਜੇ ਉਹ ਆਉਂਦੀ ਆ ਤੇ ਕਿੰਨੀ ਆਉਂਦੀ ਆ, ਇਹਦਾ ਜਿਹੜਾ ਸਾਰਾ ਹਿਸਾਬ ਕਿਤਾਬ ਆ ਗੋਲਡੀ ਆਪਣਾ ਰੱਖੇ ਸਾਹਮਣੇ, ਕਿਉਂਕਿ ਜਿਹੜੇ ਵੇਖੋ 2-2.5 ਸਾਲ ਦਾ ਹਿਸਾਬ ਕਿਤਾਬ ਆ, ਇੱਕੋ ਵਾਰੀ ਤੇ ਇਹ ਹਿਸਾਬ ਕਿਤਾਬ ਦੇ ਨਹੀਂ ਸਕਦਾ। ਪਰ ਅਸੀਂ ਇਹ ਆਨੇ ਆ ਵੀ ਹੁਣ ਜੇ ਇਹਨਾਂ 25 ਘਰਾਂ ਦਾ ਕੰਮ ਸ਼ੁਰੂ ਕੀਤਾ ਵਾ, ਪਹਿਲਾਂ 50 ਕਹਿੰਦਾ ਸੀ ਹੁਣ 25 ਦਾ, ਇਹਨਾਂ 25 ਦੇ ਅਕਾਊਂਟ ਜਿਹੜਾ ਹਿਸਾਬ ਕਿਤਾਬ ਆ ਉਹ ਤੇ ਸਾਹਮਣੇ ਰੱਖ ਦੇਵੇ। ਸਵਾਲ ਮੇਰਾ ਇਕੱਲੇ ਦਾ ਨਹੀਂ ਹੈਗਾ, ਸਵਾਲ ਹੁਣ ਬਹੁਤ ਸਾਰੇ NRI ਦਾ, ਜਿੰਨਾ ਪੈਸੇ ਭੇਜੇ। ਹੁਣ ਪਰਚੀਆਂ ਦੀ ਗੱਲ ਆ, ਪਰਚੀਆਂ ਅਸੀਂ ਵੀ ਨਹੀਂ ਸਾਂਭਦੇ, ਠੀਕ ਆ ਨਾ ਜੀ, ਪਰਚੀਆਂ ਸਾਡੇ ਕੋਲ ਵੀ ਨਹੀਂ ਹੁੰਦੀਆਂ। ਹੁਣ ਮੈਂ ਕਿਸੇ ਬੰਦੇ ਨੂੰ ਕਿਹਾ ਪਿੱਛੇ ਵੀ ਤੂੰ ਮਤਲਬ ਵੀ ਲੋੜ ਵਾਸਤੇ ਪੈਸੇ ਭੇਜਣੇ ਆ ਕਿਸੇ ਨੂੰ, ਤੂੰ ਪੈਸੇ ਪਾ ਦੇ। ਉਹ ਬੰਦਾ ਕੀ ਕਰਦਾ ਵਾ, ਮੇਰਾ ਦੋਸਤ ਵਾ ਜਾਂ ਕਿਸੇ ਨੂੰ ਕਹਿ ਦਈਦਾ ਵੀ ਤੂੰ ਇੱਕ ਬੰਦਾ ਪੈਸੇ ਪਾ ਦੇ, ਉਹ ਸਾਰੇ ਬੰਦੇ ਪਰਚੀਆਂ ਨਹੀਂ ਸਾਂਭਦੇ, ਠੀਕ ਆ ਨਾ ਜੀ। ਆ ਮੈਂ ਹੁਣ ਪੈਸੇ ਆ ਪਾਏ ਆ, ਮੈਨੂੰ ਹੁਣ ਇਹ ਸਿਰਫ ਮੇਰੇ ਕੋਲ ਕੀ ਆ, ਮੇਰੇ ਕੋਲੋਂ ਸਿਰਫ ਉਹ ਇੱਕ ਪਰਚੀ, ਪਰਚੀ ਵੀ ਨਹੀਂ ਫੋਟੋ ਆ ਪਰਚੀ ਦੀ, ਠੀਕ ਆ ਜੀ। ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ, ਉਹ ਮੇਰੇ ਮਤਲਬ ਵੀ ਭਾਣਜੇ ਨੇ ਕਿਸੇ ਨੂੰ ਪੈਸੇ ਪਾਏ, ਆ ਮੇਰੇ ਕੋਲ ਸਿਰਫ ਇਹੋ ਸਬੂਤ ਆ ਵੀ ਮੇਰੇ ਕੋਲ ਇੱਕ ਉਹਦਾ ਟਰੈਕਿੰਗ ਨੰਬਰ ਆ, ਠੀਕ ਆ ਜੀ। ਇਹ ਪੈਸੇ ਜਿਹਨੂੰ ਅਸੀਂ ਪਾਏ ਆ, ਉਹ ਬੰਦੇ ਦਾ ਅਸੀਂ ਇਲਾਜ ਕਰਵਾਇਆ ਸੀ, ਉਹਦੀ ਗੱਲ ਅਸੀਂ ਸਰਕਾਰੀ ਹਸਪੀਟਲ ਦੇ ਵਿੱਚ ਕੀਤੀ ਸੀ, ਪਰ ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਦੀ ਕੋਈ ਸੁਵਿਧਾ ਨਾ ਹੋਣ ਕਰਕੇ ਸਾਨੂੰ ਪ੍ਰਾਈਵੇਟ ਹਸਪਤਾਲ ਚੋਂ ਕਰਾਉਣਾ ਪਿਆ, ਜਿਹਦਾ ਖਰਚਾ ਸਾਡਾ ਕੋਈ 18,000 to 19,000 ਵੱਧ ਆ ਗਿਆ। ਉਹ ਖਰਚੇ ਦੀ ਯਾਰ ਸਲਿੱਪ ਜਿਹੜੀ ਸੀ ਉਹ ਬਾਅਦ ਦੇ ਵਿੱਚ ਮੈਂ ਉਹਨੂੰ ਪੈਸੇ ਭੇਜੇ ਵੀ ਇਹ ਜਿਹੜਾ ਤੇਰਾ ਖਰਚਾ ਵੱਧ ਆਇਆ ਉਹਦੀ ਸਲਿੱਪ ਵਾ, ਠੀਕ ਆ ਜੀ। ਅਸੀਂ ਵਿੱਚ ਕੋਈ ਵਿਚੋਲਾ ਨਹੀਂ ਰੱਖਿਆ, ਅਸੀਂ ਪਰਿਵਾਰ ਆਪ ਵੈਰੀਫਾਈ ਕਰਦੇ ਹਾਂ, ਆਪ ਮਦਦ ਭੇਜਦੇ ਹਾਂ, ਜੇ ਕੋਈ ਘਾਟਾ ਵਾਧਾ ਹੁੰਦਾ ਤਾਂ ਅਸੀਂ ਉਹਦਾ ਹਿਸਾਬ ਮੰਗਦੇ ਹਾਂ। ਜਿਹੜਾ ਬੰਦਾ ਸਾਡੇ ਲਈ ਕੋਈ ਵਰਕ ਕਰਦਾ ਵਾ ਅਸੀਂ ਉਹਨੂੰ ਬਕਾਇਦਾ 1,000 to 1,500 rupees ਦਿਹਾੜੀ ਦਿੰਦੇ ਹਾਂ, ਉਹਦੇ ਤੇਲ ਦਾ ਖਰਚਾ ਦਿੰਦੇ ਹਾਂ, ਜਿੰਨੀ ਉਹਦੀ ਮਤਲਬ ਦਿਹਾੜੀਆਂ 5 lakh, 6 lakh, 10 lakh ਅਸੀਂ 1,000 to 1,500 rupees ਇੱਕ ਦਿਹਾੜੀ ਦੇ ਹਿਸਾਬ ਨਾਲ ਉਹਨੂੰ ਵੱਖਰਾ ਪੈਸਾ ਭੇਜਦੇ ਹਾਂ, ਤਾਂ ਜੋ ਜਿਹੜੀ ਸਾਡੀ ਬਾਕੀ ਮਰੀਜ਼ ਲਈ ਦੀ ਭੇਜੀ ਗਈ ਰਕਮ ਆ ਉਹਦੇ ਵਿੱਚੋਂ ਕੋਈ ਵੀ ਪੈਸਾ ਉਹ ਹਿਲਾ ਨਾ ਸਕੇ, ਜਾਂ ਉਹਨੂੰ ਇਸ ਗੱਲ ਦਾ ਲਾਲਚ ਨਾ ਆਵੇ ਵੀ ਮੈਂ ਕਿਹੜਾ ਕੋਈ ਗੱਲ ਵਿੱਚੋਂ ਲੈਣਾ ਵਾ, ਵੀ ਮੈਂ ਇਹਨਾਂ ਪੈਸਿਆਂ ਦੇ ਵਿੱਚੋਂ ਥੋੜੇ ਪੈਸੇ ਗਬਨ ਕਰ ਲੈਂਦਾ ਵਾ। ਇਹ ਵਿਜੀਬਿਲਟੀ ਆ, ਬਾਕੀ ਅਸੀਂ ਕੋਈ ਏਦਾਂ ਦਾ ਰੱਖਦੇ ਨਹੀਂ, ਅਸੀਂ ਸਮਾਜ ਸੇਵੀ ਆਪਣੇ ਕੰਮ ਦੇ ਵਿੱਚ ਕੋਈ ਰੱਖਿਆ ਹੀ ਨਹੀਂ ਵੀ ਜਿਹੜਾ ਅਸੀਂ ਸਮਾਜ ਸੇਵੀ ਨੂੰ ਜਿਹੜਾ ਵਾ ਵੀ ਕੋਈ ਸਾਨੂੰ ਹੋਵੇ ਵੀ ਉਹਨੇ ਕਾ ਲੈਣਾ ਸੀ ਹਿਸਾਬ ਤਾਂ ਸਾਨੂੰ ਪਤਾ ਹੋਏਗਾ ਮਰੀਜ਼ ਤੇ ਕਿੰਨੇ ਪੈਸੇ ਲੱਗਣੇ, ਕਿੰਨੇ ਦੇ ਉਹਦੇ ਟੈਸਟ ਹੋਏ ਨੇ, ਕਿੰਨੀਆਂ ਸਰੀਰ ਰਸੀਦਾਂ ਆਈਆਂ, ਡਾਕਟਰ ਦੀ ਕਿੰਨੀ ਫੀਸ ਆ, ਉਹਦੀਆਂ ਦਵਾਈਆਂ ਦਾ ਕਿੰਨਾ ਖਰਚਾ ਵਾ, ਉਹ ਸਾਰਾ ਅਸੀਂ ਟੋਟਲ ਕਰਕੇ ਉਸ ਮਰੀਜ਼ ਨੂੰ ਜਾਂ ਉਸ ਬੰਦੇ ਨੂੰ ਆਪਣੇ ਦੇ ਕੇ ਤੋਰ ਦਿੰਦੇ ਹਾਂ ਬਈ ਆ ਤੇਰੇ ਪੈਸੇ ਆ, ਤੂੰ ਇੰਨੇ 2 ਦਿਨ ਦੇ ਤੇਰੇ ਲੱਗਣੇ ਨੇ, ਆ ਤੇ 4,000 rupees ਤੇਲ ਸਮੇਤ ਤੇਰਾ, 3,000 ਤੇਰੀਆਂ ਦਿਹਾੜੀਆਂ ਦਾ ਤੇ 1,000 rupees ਤੇਰੇ ਤੇਲ ਦਾ, ਇੰਨੇ ਪੈਸੇ 40,000 to 50,000 rupees ਡਾਕਟਰ ਦਾ ਵਾ, ਤੂੰ ਇਹ ਦੇ ਕੇ ਕੰਮ ਨਿਬੇੜ ਕੇ ਆ। ਇਹ ਵਿਜੀਬਿਲਟੀ ਆ, ਸਾਨੂੰ ਵੀ ਪਤਾ ਵਾ ਵੀ ਅਸੀਂ ਉਹ ਪੈਸਾ ਜਿਹੜਾ ਕਿੰਨਾ ਸੀ ਸਾਨੂੰ ਚਾਹੀਦਾ, ਕਿੰਨਾ ਅਸੀਂ ਭੇਜਿਆ। ਤੁਸੀਂ ਵਿਜੀਬਿਲਟੀ ਦੀ ਗੱਲ ਕੀਤੀ, ਗੋਲਡੀ ਨੂੰ ਵੀ ਇਹੋ ਜਿਹੇ ਸਵਾਲ ਪੁੱਛੇਗੇ ਵੀ ਤੁਸੀਂ ਜਿਹੜੇ ਆ ਲੋਕਾਂ ਨੂੰ, ਲੋਕਾਂ ਦਾ ਹੀ ਅਕਾਊਂਟ ਨੰਬਰ ਜਨਤਕ ਕਰ ਦੋ, ਲੋਕਾਂ ਦਾ ਹੀ ਕਹਿ ਰਹੇ ਨੇ ਵੀ ਤੁਸੀਂ ਫੋਨ ਨੰਬਰ ਦੇ ਦਿਓ, ਪਰ ਜਿਹੜੇ ਉਹਦੇ ਜਵਾਬ ਸੀ ਗੋਲਡੀ ਦੇ ਉਹ ਤੁਸੀਂ ਵੀ ਸੁਣੇ ਹੋਣਗੇ ਵੀ ਲੋਕਾਂ ਦਾ ਅਕਾਊਂਟ ਨੰਬਰ ਅਸੀਂ ਤਾਂ ਨਹੀਂ ਦਿੰਦੇ ਵੀ ਲੋਕੀ ਕੋਈ ਹੋਰ ਨਾ, ਜਿਵੇਂ ਬੁੱਢੇ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਕੋਈ ਫੁਸਲਾ ਕੇ, ਪਰਲਾ ਫੁਸਕਲਾ ਕੇ ਉਹਨਾਂ ਦੇ ਅਕਾਊਂਟ ਚੋਂ ਕੋਈ ਪੈਸੇ ਨਾ ਕੱਟ ਲਏ, ਜਾਂ ਨੰਬਰ ਅਸੀਂ ਤਾਂ ਨਹੀਂ ਦਿੰਦੇ ਵੀ ਨੰਬਰ ਕਰ ਉਹਨਾਂ ਨੂੰ ਪਰੇਸ਼ਾਨ ਨਾ ਕਰੇ। ਵੇਖੋ ਜੀ ਪਤਾ ਗੱਲ ਕੀ ਆ, ਵੇਖੋ ਕੋਈ ਦਾਨੀ ਕਿਸੇ ਦਾਨੀ ਸੱਜਣ ਦਾ ਤੇ ਪਰਿਵਾਰ ਦਾ ਸੰਬੰਧ ਹੀ ਕੋਈ ਨਹੀਂ ਹੈਗਾ, ਉਹਨਾਂ ਦਾ ਸੰਪਰਕ ਹੀ ਕੋਈ ਨਹੀਂ ਹੈਗਾ, ਉਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਪਰਿਵਾਰ ਕਿੱਥੋਂ ਦਾ ਸੀ, ਇੱਥੋਂ ਤੱਕ ਕਿ ਇਹਨਾਂ ਦੀ ਵੀਡੀਓ ਦੇ ਵਿੱਚ ਜ਼ਿਲ੍ਹਾ ਤੇ ਪਿੰਡ ਵੀ ਨਹੀਂ ਦੱਸਿਆ ਜਾਂਦਾ, ਨਾਮ ਅਕਾਊਂਟ ਨੰਬਰ ਫੋਨ ਨੰਬਰ ਤੇ ਬੜੀ ਦੂਰ ਦੀ ਗੱਲ ਆ, ਨਾ ਜ਼ਿਲ੍ਹਾ ਦੱਸਿਆ ਜਾਂਦਾ ਨਾ ਪਿੰਡ ਦੱਸਿਆ ਜਾਂਦਾ ਵਾ, ਸਿਰਫ ਵੀਡੀਓ ਦੇ ਵਿੱਚ ਕਿਹਾ ਜਾਂਦਾ ਇਹ ਪਰਿਵਾਰ ਆ ਇਸ ਕੰਡੀਸ਼ਨ ਦੇ ਵਿੱਚ ਆ, ਉਹਦੇ ਵਿੱਚ ਦਾਨੀਆਂ। ਤੁਸੀਂ ਇੱਕ ਵਾਰੀ ਉਹ ਫੋਟੋ ਵੀ ਜਿਹੜੀ ਆ ਦਰਸ਼ਕਾਂ ਨੂੰ ਦਿਖਾ ਦਿਓ ਜਿਹੜੀ, ਮੈਨੂੰ ਇੱਕ ਮਿੰਟ ਦਿਓ ਮੈਂ ਤੁਹਾਨੂੰ ਹੁਣੇ ਫੋਟੋ ਲੱਭ ਕੇ ਦੇ ਦਿੰਦਾ। ਹਾਂਜੀ ਆਹ ਵੇਖੋ ਜੀ, ਇੱਕ ਹੈਗਾ ਬੰਦਾ ਲਾਡੀ ਜੀ ਸਾਹਾ, ਉਹਨੇ ਮੈਨੂੰ ਜੋ ਉੱਤਪਰਲੇ ਬੰਨੇ ਮੇਰੀ ਪੋਸਟ ਦੇ ਉੱਤੇ ਹੋਣੇ ਆ, ਸ਼ਾਇਦ ਇਹ ਵਿੱਚ ਮੈਨੂੰ ਪੋਸਟ ਲੱਭਣੀ ਪੈਣੀ ਕਿਹੜੀ ਆ, ਉਹਦੇ ਵਿੱਚ ਮੈਂ ਜਦੋਂ ਇੰਨੀ ਗੱਲ ਆਖੀ ਆ ਕਿ ਗੁੱਗੂ ਬਟਾਲੇ ਰਹਿੰਦਾ ਵਾ, ਉਹਦੀ ਵੀਡੀਓ ਸਵੇਰੇ ਆਈ ਆ, ਉਸ ਨੂੰ ਮੈਨੂੰ ਮਾਰਨ ਦੀ ਅਪਲੋਡ ਕਰਨੀ ਆ, ਉਸਦੇ ਵੱਲ ਜਾਇਓ ਤੇ ਉਹਨੂੰ ਦੱਸਿਓ ਵੀ ਕੀ ਮਾਰ ਕੇ ਆਇਆ, ਥੱਲੜਲੇ ਬੰਨੇ ਲਿਖਿਆ ਵਾ, ਆਹ ਵੇਖੋ ਤੁਸੀਂ ਪੜ੍ਹ ਸਕਦੇ ਹੋ। ਹਾਂਜੀ ਇਹ ਬੰਦੇ ਨੇ ਮੈਨੂੰ ਇੰਨੀ ਗੱਲ ਕਹੀ ਆ ਕਿ ਬੱਚੇ ਤੂੰ ਬਚਿਆ ਹੀ ਤਾਂ ਵਾ, ਜੇ ਬਾਹਰ ਆ ਜੇ ਪੰਜਾਬ ਹੁੰਦਾ ਤਾਂ ਤੈਨੂੰ ਗੱਡੀ ਚਾੜਿਆ ਹੋਣਾ ਸੀ, ਠੀਕ ਆ ਨਾ ਜੀ। ਦੂਜੀ ਗੱਲ ਏਦਾਂ ਵਾ ਵੀ ਤੁਸੀਂ
ਧਮਕੀਆਂ ਜੋ ਦੇ ਰਹੇ ਹੋ, ਗੋਲਡੀ ਨੇ ਬਾਜੇ ਖਾਨ ਬਾਜੇ ਉਧਰ ਮੰਤਰੀ ਬਾਜੇ ਖਾਨ ਨੂੰ ਧਮਕੀ ਦਿੱਤੀ ਆ। ਗੋਲਡੀ ਨੇ ਬਕਾਇਦਾ ਇੱਕ ਵੀਡੀਓ ਦੇ ਵਿੱਚ ਇੰਨੀ ਗੱਲ ਕਹੀ ਆ ਜਿਹਦੇ ਤੋਂ ਜ਼ਿਆਦਾ ਦਾਨਵੀਰ ਸੱਜਣ ਜਿਹੜੇ ਆ ਉਹ ਸਾਹਮਣੇ ਆਉਣ ਤੋਂ ਡਰਨ ਡਏ ਆ, ਜਿੱਥੇ ਗੋਲਡੀ ਨੇ ਕਿਹਾ ਕਿ ਸਾਨੂੰ ਪਰਚੇ ਵੀ ਕਰਾਉਣੇ ਆਉਂਦੇ ਨੇ ਤੇ ਸਾਨੂੰ ਐਫ ਆਰ ਆਈਆਂ ਕਰਨੀਆਂ ਵੀ ਆਉਂਦੀਆਂ। ਮੈਂ ਤੁਹਾਨੂੰ ਉਹਦੀ ਉਹ ਵੀ ਵੀਡੀਓ ਦਿਖਾ ਦਿੰਦਾ। ਇਹ ਜਿਹੜੀਆਂ ਏਦਾਂ ਦੀਆਂ ਗੱਲਾਂ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਇਸ ਮਸਲੇ ਤੋਂ ਲਾਂਭੇ ਰਹਿਣਾ ਚਾਹੁੰਦੇ ਨੇ। ਇਹਦੀ ਸੋਰੀ ਆਵਾਜ਼ ਨਹੀਂ ਆ ਰਹੀ ਮੇਰੇ ਪੇਜ ਦੇ ਉੱਤੇ, ਇਹ ਵੀਡੀਓ ਮੈਂ ਪਾਈ ਹੋਈ ਆ ਮੇਰੇ ਪੇਜ ਤੇ, ਜਾ ਕੇ ਪੰਜਵੀਂ ਸੱਤਵੀਂ ਪੋਸਟ ਦੀ ਜਿਹੜੀ ਆ ਉਹ ਚੈੱਕ ਕੀਤੀ ਜਾ ਸਕਦੀ ਹੈ, ਕਿਉਂਕਿ ਕਿਸੇ ਵਜ੍ਹਾ ਕਰਕੇ ਪਤਾ ਨਹੀਂ ਇਹ ਪਲੇ ਨਹੀਂ ਹੋ ਰਹੀ ਜਾਂ ਉਹਦੀ ਆਵਾਜ਼ ਨਹੀਂ ਆ ਰਹੀ। ਨਹੀਂ ਇਹ ਵੀਡੀਓ ਮੈਨੂੰ ਲੱਗਦਾ ਸਾਰੇ ਦਰਸ਼ਕਾਂ ਨੇ ਦੇਖੀ ਵੀ ਹੋਏਗੀ, ਇਹ ਵੀਡੀਓ ਮੈਂ ਵੀ ਦੇਖੀ ਸੀ ਵੀ ਗੋਲਡੀ ਬੀਪੀ ਦੇ ਪੇਜ ਤੇ ਪਈ ਵੀ ਹੋਈ ਸੀ। ਹਾਂਜੀ ਇਹ ਬੜਾ ਇਹ ਇੱਕ ਬੜਾ ਤਗੜਾ ਮਸਲਾ ਵਾ, ਜਿਹੜੇ ਕੋਈ ਵੀ ਐਨ ਆਰ ਆਈ ਵੀਰ ਇਹ ਨਹੀਂ ਚਾਹੁੰਦਾ ਕਿ ਮੁੜ ਕੇ ਬਾਅਦ ਦੇ ਵਿੱਚ ਥੋੜੇ ਜਿਹੇ ਪੈਸਿਆਂ ਕਰਕੇ ਮੈਨੂੰ ਜਾ ਕੇ ਪੰਜਾਬ ਦੇ ਵਿੱਚ ਖੱਜਲ ਹੋਣਾ ਪਏ। ਤੁਸੀਂ ਸਵਾਲ ਚੱਕੇ, ਤੁਹਾਡੀ ਗੱਲ ਵੀ ਹੋਈ, ਗੋਲਡੀ ਬੀਪੀ ਨੇ ਸਿੱਧਾ ਪਹਿਲੀ ਕੁਐਸਚਨ ਤੁਹਾਨੂੰ ਇਹ ਪੁੱਛਿਆ ਵੀ ਤੁਸੀਂ ਪੈਸੇ ਪਵਾਏ ਨੇ ਉਹਨਾਂ ਦੇ ਅਕਾਊਂਟ ਚ, ਉਹਨਾਂ ਨੂੰ ਅੱਜ ਤੱਕ ਪੈਸੇ ਦਿੱਤੇ ਆ, ਸੇਵਾ ਕੀਤੀ ਹੈ। ਉਹ ਕਹਿ ਰਹੇ ਜਿੰਨੇ ਸਾਡੀ ਸੇਵਾ ਕੀਤੀ ਹੈ, ਜਿੰਨੇ ਸਾਡੇ ਪੈਸੇ ਪਵਾਏ ਨੇ, ਉਹਨੂੰ ਆਪਾਂ ਜਨਤਕ ਕਰ ਸਕਦੇ ਹਾਂ, ਉਹਨੂੰ ਆਪਾਂ ਜਿਹੜਾ ਸਬੂਤ ਦੇ ਸਕਦੇ ਹਾਂ, ਹੋਰ ਕਿਸੇ ਨੂੰ ਕਿੱਦਾਂ ਸਬੂਤ ਦੇਈਏ। ਹਾਂਜੀ ਚਲੋ ਤੁਸੀਂ ਵੇਖੋ, ਤੁਸੀਂ ਇਹਨਾਂ ਨੇ ਪੈਸੇ ਸੋਸ਼ਲ ਮੀਡੀਆ ਤੋਂ ਕਰਾਏ ਆ, ਸੋਸ਼ਲ ਮੀਡੀਆ ਤੇ ਦੱਸ ਤੇ ਸਕਦੇ ਆ ਨਾ, ਸ਼ਾਇਦ ਉਹ ਵੀ ਬੰਦੇ ਇਹਨਾਂ ਦੀ ਮਤਲਬ ਵੀ ਜਿਹੜੀ ਡਿਟੇਲ ਆ ਉਸਦੀ ਉਸੇ ਦੀ ਵੇਟ ਕਰ ਰਹੇ ਹੋਣ। ਜਿਹੜਾ ਇੱਥੇ ਗੱਲ ਇੱਕ ਗਰੀਬਾਂ ਦੇ ਹੱਕ ਖਾਣ ਦੀ ਆ, ਇੱਥੇ ਗੱਲ ਪੈਸੇ ਖਾਣ ਦੀ ਆ, ਨਾ ਕਿ ਹੁਣ ਜਿਹੜੀ ਇਹ ਗੱਲ ਕਹਿਣ ਦੀ ਕਿ ਅਸੀਂ ਹਰੇਕ ਨੂੰ ਹਿਸਾਬ ਨਹੀਂ ਦੇਣਾ। ਜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਦੇ ਨੇ, ਇਹਨਾਂ ਤੋਂ 25 ਲੱਖ ਰੁਪਇਆ ਆਉਂਦਾ ਵਾ ਤੇ ਉਹ 25 ਲੱਖ ਦਾ ਹਿਸਾਬ ਕਿਤਾਬ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਦੇਣਾ ਪੈਣਾ ਵਾ। ਇਹਨਾਂ ਨੂੰ ਹਿਸਾਬ ਕਿਤਾਬ ਕੋਈ ਵੀ ਪੁੱਛ ਸਕਦਾ ਵਾ ਜਿੰਨੇ ਬਾਹਰੋਂ ਪੈਸੇ ਭੇਜੇ ਨੇ। ਜਿਹੜੇ ਬੰਦੇ ਜੇ ਕੱਲ ਨੂੰ 10 ਬੰਦੇ ਸਾਹਮਣੇ ਆਣ ਕੇ ਪੈਸੇ ਮੰਗਦੇ ਨੇ ਜੇ ਹਿਸਾਬ ਕਿਤਾਬ ਮੰਗਦੇ ਨੇ ਤੇ ਇਹਨਾਂ ਨੂੰ ਹਿਸਾਬ ਕਿਤਾਬ ਦੇਣਾ ਚਾਹੀਦਾ, ਭੱਜਣਾ ਨਹੀਂ ਚਾਹੀਦਾ ਇਹਨਾਂ ਗੱਲਾਂ ਦੇ। ਦੂਜੀ ਗੱਲ ਮੈਂ ਪੁਨੀਤ ਬਾਰੇ ਕਰਨੀ ਚਾਹੁੰਦਾ ਵਾਂ ਕਿ ਪੁਨੀਤ ਜਿਹੜਾ ਕੈਨੇਡਾ ਤੋਂ ਆਣ ਕੇ ਪੰਜਾਬ ਪੁਲਿਸ ਦੀ ਨੌਕਰੀ ਕਰਨ ਡਿਆ, ਹਾਲਾਂਕਿ ਪੰਜਾਬ ਤੋਂ ਜਾ ਕੇ ਇੰਸਪੈਕਟਰ ਰੈਂਕ ਦੇ ਬੰਦੇ ਕੈਨੇਡਾ ਦੇ ਵਿੱਚ ਜਾ ਕੇ ਬੇਰੀਆਂ ਤੋੜਨ ਦਾ ਕੰਮ ਕਰ ਰਹੇ ਆ। ਏਦਾਂ ਦੀ ਕਿਹੜੀ ਗੱਲ ਆ ਜਿਹੜੀ ਗੋਲਡ ਪੁਨੀਤ ਪੀਪੀ ਨੂੰ ਕੈਨੇਡਾ ਤੋਂ ਇੱਥੇ ਵਾਪਸ ਖਿੱਚ ਕੇ ਲੈ ਆਈ ਤੇ ਇੱਕ ਈਜ਼ੀ ਮਨੀ ਮੇਕਰ ਜਿਹੜਾ ਬਿਜ਼ਨਸ ਵਾ ਉਹਦੇ ਵਿੱਚ ਜਿਹੜਾ ਇਹਨੂੰ ਪਾ ਦਿੱਤਾ, ਕਿਉਂਕਿ ਅਸੀਂ ਇੱਕ ਨੀ ਬਹੁਤ ਸਾਰੇ ਸਰਪੰਚ ਪੰਚ ਪਿੰਡ ਦੇ ਤਗੜੇ ਤਗੜੇ ਬੰਦੇ ਜਿਹੜੇ ਸ਼ਾਹੂਕਾਰ ਬੰਦੇ ਸੀ, ਜਿਹੜੇ ਇੰਸਪੈਕਟਰ ਰੈਂਕ ਦੇ ਬੰਦੇ ਜਿਹੜੇ ਸੀ, ਕੋਈ ਐਸ ਆਈ ਰੈਂਕ ਦੇ ਬੰਦੇ ਜਿਹੜੇ ਸੀ ਕੈਨੇਡਾ ਵਿੱਚ ਬੇਰੀਆਂ ਤੋੜਨ ਦਾ ਕੰਮ ਕਰਦੇ ਵੇਖੇ ਆ। ਬਘੇਲ ਜੀ ਗੱਲ ਇਹ ਆਉਂਦੀ ਹੈ, ਹੁਣ ਤੁਸੀਂ ਅੰਤ ਜਿਹੜਾ ਐਨ ਆਰ ਆਈ ਭਰਾਵਾਂ ਨੂੰ ਜਾਂ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਐਨ ਜੀ ਓ ਦਾ ਖਿਲਾਫ਼ ਹੁਣ ਕਾਫੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਤੁਸੀਂ ਵੀ ਜਿਹੜੀ ਹੋਰ ਵੀ ਐਨ ਜੀ ਓ ਦੇ ਖਿਲਾਫ਼ ਆਵਾਜ਼ਾਂ ਉਠਾ ਰਹੇ ਹੋ, ਕੱਲ ਨੂੰ ਸਾਰਿਆਂ ਖਿਲਾਫ਼ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਜਾਣਗੀਆਂ, ਸੋ ਐਨ ਆਰ ਆਈ ਵੀਰਾਂ ਨੂੰ ਤੇ ਹੋਰ ਵੀਰਾਂ ਨੂੰ ਕੀ ਮੈਸੇਜ ਅੰਤਿਮ ਦਿਓਗੇ ਤੁਸੀਂ? ਵੇਖੋ ਮੈਂ ਐਨ ਆਰ ਆਈ ਵੀਰਾਂ ਨੂੰ ਮੈਂ ਸਿਰਫ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਇਹਦੇ ਜਿਹੜਾ ਕੋਈ ਐਨ ਜੀ ਓ ਮਾਫੀਆ ਦੇ ਖਿਲਾਫ਼ ਜਾਂ ਮਤਲਬ ਵੀ ਇਹ ਬਾਰੇ ਗੱਲਬਾਤ ਆ ਜਿਹੜੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪੋ ਆਪਣੀ ਕੰਟਰੀ ਦੇ ਵਿੱਚ ਰਹਿੰਦੇ, ਮੇਰੀ ਗੱਲ ਨਾ ਸੁਣੋ, ਕੋਈ ਵਿਚੋਲਾ ਨਾ ਰੱਖੋ ਵਿੱਚ, ਆਪਣੀ ਜਿਹੜੀਆਂ ਆਪਣੀਆਂ ਕੰਟਰੀਆਂ ਨੇ ਜਿੱਥੇ ਤੁਸੀਂ ਰਹਿ ਰਹੇ ਹੋ, ਜਿਹੜੇ ਤੁਸੀਂ ਜ਼ਿਲ੍ਹਿਆਂ ਦੇ ਵਿੱਚ ਜਾਂ ਸਟੇਟਾਂ 'ਚ ਕੰਟਰੀਆਂ ਦੀਆਂ 'ਚ ਰਹਿ ਰਹੇ ਹੋ, ਉੱਥੋਂ ਦੇ ਗਰੁੱਪ ਬਣਾ ਕੇ ਇੱਕ ਵਿਜੀਬਿਲਟੀ ਤੌਰ ਦੇ ਵਿੱਚ ਤੁਸੀਂ ਆਪਣੀ ਕਿਸੇ ਸਕੀਮ ਦੇ ਨਾਲ, ਜੋ ਕੋਈ ਮੇਰੀ ਗੱਲਬਾਤ ਆਪਣੇ ਗਰੁੱਪ ਦੇ ਵਿੱਚ ਚੱਲਣ ਡਈ ਆ, ਅਮੈਰੀਕਨ ਗਰੁੱਪ ਦੇ ਵਿੱਚ ਸਾਡਾ 8-9 ਬੰਦਿਆਂ ਦਾ ਗਰੁੱਪ ਆ, ਅਸੀਂ ਇੱਕ ਉਹ ਆਪਣਾ ਤਰੀਕਾ ਜਿਹੜਾ ਵਾ ਉਹ ਲੋਕਾਂ ਦੇ ਅੱਗੇ ਰੱਖਾਂਗੇ ਕਿ ਸਾਡਾ ਤਰੀਕਾ ਪੈਸੇ ਭੇਜਣ ਦਾ ਕੰਮ ਕਰਨ ਦਾ ਇਹ ਆ, ਜੇ ਕਿਸੇ ਨੂੰ ਸਾਡਾ ਤਰੀਕਾ ਵਧੀਆ ਲੱਗੇਗਾ ਉਸ ਤਰੀਕੇ ਦੇ ਨਾਲ ਪੈਸਾ ਭੇਜਣ, ਉਹਨਾਂ ਨੂੰ ਕਿਸੇ ਕੋਲੋਂ ਵੀ 1 ਰੁਪਈਏ ਦਾ ਹਿਸਾਬ ਕਿਤਾਬ ਲੈਣ ਦੀ ਲੋੜ ਨਹੀਂ ਪਵੇਗੀ, ਉਹਨਾਂ ਨੂੰ ਕਿਸੇ ਵੀ ਸਮਾਜ ਸੇਵੀ ਕਿਸੇ ਵੀ ਵਿਚੋਲੇ ਦੀ ਲੋੜ ਨਹੀਂ ਪਵੇਗੀ, ਨਾ ਉਹਨਾਂ ਨੂੰ ਇਹ ਗੱਲ ਦਾ ਡਾਊਟ ਹੋਏਗਾ ਕਿ ਅਸੀਂ ਕਿੰਨੇ ਪੈਸੇ ਭੇਜੇ ਆ, ਨਾ ਉਹਨਾਂ ਨੂੰ ਇਹ ਡਾਊਟ ਹੋਏਗਾ ਕਿ ਕਿੰਨੇ ਪੈਸੇ ਖਰਚੇ ਨੇ ਤੇ ਕਿੰਨੇ ਖਾਧੇ ਗਏ ਨੇ। ਉਹਨਾਂ ਦਾ ਕੰਮ ਸਾਰਾ ਜਿਹੜਾ ਵਿਜੀਬਲ ਹੋਊਗਾ, ਸਿਰਫ ਇੱਕ ਬੰਦਾ ਉਹਨਾਂ ਲਈ ਇੰਡੀਆ ਦੇ ਵਿੱਚ ਕੰਮ ਕਰੂਗਾ, ਉਹੀ ਬੰਦਾ ਸਾਰਾ ਕੰਮ ਕਰਕੇ ਬਕਾਇਦਾ ਉਸ ਬੰਦੇ ਨੂੰ ਉਹਦੀ ਜਿਹੜੀ ਮਿਹਨਤ ਵਾ ਜਾਂ ਉਹਦੀ ਜਿਹੜੀ ਭੱਜ ਦੌੜ ਆ ਉਹਦਾ ਪੈਸਾ, ਉਹਦਾ ਬਣਦੀ ਦਿਹਾੜੀ ਜਾਂ ਉਹਦਾ ਪੈਸਾ ਉਹਨੂੰ ਦਿੱਤਾ ਜਾਣਾ ਚਾਹੀਦਾ। ਇਹਦੇ ਵਿੱਚ ਇਹ ਗੱਲ ਹੋਊਗੀ ਵੀ ਜਿੱਥੇ 1 ਲੱਖ ਆਉਂਦਾ ਵਾ, ਜੇ 1 ਲੱਖ ਦੇ ਵਿੱਚੋਂ 5 ਜਾਂ 6 ਹਜ਼ਾਰ ਉਸ ਬੰਦੇ ਨੂੰ ਵੀ ਦਿੱਤਾ ਜਾਂਦਾ, ਤੁਹਾਡਾ 94-95 ਹਜ਼ਾਰ ਰੁਪਇਆ ਸਹੀ ਤਰੀਕੇ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਉਹ ਵਰਤਿਆ ਜਾਊਗਾ, ਤੁਹਾਨੂੰ ਪਤਾ ਹੋਏਗਾ ਵੀ ਤੁਹਾਡਾ ਪੈਸਾ ਇੰਨਾ ਗਿਆ ਤੇ ਇੰਨਾ ਲੱਗਾ ਹੈ। ਇੱਥੇ ਸਿਰਫ ਗੱਲ ਜਿਹੜੀ ਆ ਉਹ ਐਨ ਆਰ ਆਈ ਵੀਰਾਂ ਦੀ ਲੁੱਟ ਰੋਕਣ ਦੀ ਆ, ਇੱਕ ਪੈਸਾ ਸਹੀ ਟਿਕਾਣੇ
ਤੇ ਬਣਦੇ ਗਰੀਬਾਂ ਤੱਕ ਪਹੁੰਚਣ ਦੀ ਆ, ਕਿਉਂਕਿ ਕਈ ਗਰੀਬਾਂ ਦਾ ਪੈਸਾ ਸਿਰਫ ਇੱਕ ਪਰਿਵਾਰ ਜਾਂ ਦੋ ਪਰਿਵਾਰਾਂ ਦੇ ਆਲੇ ਦੁਆਲੇ ਹੀ ਜਿਹੜਾ ਵਾ ਉਹਨੂੰ ਮਤਲਬ ਗੁਪਤ ਕਰ ਦਿੱਤਾ ਜਾਂਦਾ। ਬਸ ਇੰਨੀਆਂ ਕੁ ਗੱਲਾਂ ਮੈਂ ਕਰਨੀਆਂ ਚਾਹੁੰਦਾ ਵਾ ਬਾਬਾ ਜੀ, ਤੇ ਬੇਨਤੀ ਕਰਦਾ ਤੁਹਾਨੂੰ ਵੀ ਆਪਾਂ ਮਤਲਬ ਕਿ ਜਿਹੜੀ ਗੱਲਬਾਤ ਆ, ਜੇ ਫਿਰ ਆਪਾਂ ਨੂੰ ਲੋੜ ਪਏਗੀ ਤੇ ਆਪਾਂ ਅਗਲੇ ਪ੍ਰੋਗਰਾਮ 'ਚ ਕਰ ਲਾਂਗੇ, ਕਿਉਂਕਿ ਮੇਰੀ ਸ਼ਿਫਟ ਖਤਮ ਹੋ ਜਾਣੀ ਹੈ ਜਲਦੀ, ਮੈਨੂੰ ਤੁਰਨਾ ਪੈਣਾ। ਤੇ ਤੁਸੀਂ ਜੇ ਕੋਈ ਅਗਲੇ ਪੰਨੇ ਕੋਈ ਆਪਾਂ ਨੂੰ ਦਿਖੇਗਾ, ਕਿਉਂਕਿ ਅੱਜ ਬਾਅਦ ਸ਼ਾਮ ਤੱਕ ਜਿਹੜਾ ਮੈਂ ਇਹਨਾਂ ਨੂੰ ਇਨਾਮ ਦੀ ਰਾਸ਼ੀ 48 ਘੰਟੇ ਦਾ ਐਲਾਨ ਕੀਤਾ ਸੀ ਉਹ ਖਤਮ ਹੋ ਜਾਣੀ ਆ। ਇਹਨਾਂ ਨੇ ਕੋਈ ਵੀ ਸਾਨੂੰ ਡਾਕੂਮੈਂਟ ਕੋਈ ਵੀ ਸਾਨੂੰ ਮਤਲਬ ਕਿ ਪਰੂਫ ਨਹੀਂ ਦਿੱਤਾ, ਉਹਦਾ ਜਿਹੜਾ ਗੱਲਬਾਤ 48 ਘੰਟੇ ਦਾ ਅਸੀਂ ਸਮਾਂ ਦਿੱਤਾ ਸੀ ਉਹ ਅਸੀਂ ਮਤਲਬ ਕਿ ਸਾਡਾ ਪੂਰਾ ਹੋ ਜਾਣਾ। ਹੁਣ ਜਿਹੜੀ ਗੱਲਬਾਤ ਮੈਂ ਅੱਗੇ ਕਹਿਣੀ ਚਾਹੁੰਦਾ ਕਿ ਇਹ ਮਸਲੇ ਦਾ ਹੱਲ ਇਹੀ ਆ, ਜੇ ਗੋਲਡੀ ਹੋਣੀ ਗਲਤ ਵਾ ਤਾਂ ਗੋਲਡੀ ਹੋਣਾ ਨੂੰ ਸੰਗਤ ਦੇ ਸਾਹਮਣੇ ਮਾਫ਼ੀ ਮੰਗਣੀ ਚਾਹੀਦੀ ਆ ਤੇ ਆਪਣਾ ਕੰਮ ਦੁਬਾਰਾ ਰਨ ਕਰਨਾ ਚਾਹੀਦਾ ਵਾ। ਜੇ ਉਹ ਗਲਤ ਨਹੀਂ ਤਾਂ ਫਿਰ ਉਹਨਾਂ ਨੂੰ ਪੂਰਾ ਹਿਸਾਬ ਕਿਤਾਬ ਸੰਗਤ ਦੇ ਸਾਹਮਣੇ ਰੱਖਣਾ ਚਾਹੀਦਾ ਤੇ ਸੰਗਤ ਉਹ ਹਿਸਾਬ ਵੇਖ ਕੇ ਫੈਸਲਾ ਕਰੇਗੀ ਕਿ ਕਿਹੜੇ ਵੀਰ ਨੇ ਕਿੰਨੇ ਪੈਸੇ ਭੇਜੇ ਆ ਤੇ ਉਹ ਜਿਹੜੇ ਪੈਸੇ ਆ ਉਹਨਾਂ ਦੇ ਪੂਰੇ ਕਿਤੇ ਲੱਗੇ ਆ ਜਾਂ ਨਹੀਂ। ਤੁਸੀਂ ਮੈਨੂੰ ਇੱਕ ਸਵਾਲ ਦਾ ਸਿਰਫ ਜਵਾਬ ਦੇ ਦਿਓ ਵੀ ਤੁਸੀਂ ਤਰੀਕਾ ਕਿਹਾ, ਹਰ ਕੋਈ ਸ਼ੁਰੂਆਤ ਚ ਤਰੀਕਾ ਕਹਿੰਦਾ ਬਾਅਦ ਚ ਐਨ ਜੀ ਓ ਚ ਬਦਲ ਜਾਂਦਾ, ਤੁਹਾਡਾ ਤਰੀਕਾ ਅੱਗੇ ਜਾ ਕੇ ਐਨ ਜੀ ਓ ਚ ਤਾਂ ਨੀ ਬਦਲ ਜੂਗਾ? ਮੈਨੂੰ 3 ਸਾਲ ਹੋ ਗਏ ਨੇ ਕੰਮ ਕਰਦੇ ਨੂੰ, ਮੇਰਾ ਤਰੀਕਾ ਤੇ ਐਨ ਜੀ ਓ ਦੇ ਵਿੱਚ ਨਹੀਂ ਬਦਲਿਆ, ਮੇਰਾ ਤਰੀਕਾ ਪੈਸੇ ਭੇਜਣ ਚ ਨਹੀਂ ਬਦਲਿਆ, ਮੇਰਾ ਤਰੀਕਾ ਕੋਈ ਕੰਮ ਕਰਨ ਦਾ ਨਹੀਂ ਬਦਲਿਆ, ਮੇਰਾ ਤਰੀਕਾ ਉਹੀ ਆ। ਅੱਜ ਜਿਹੜਾ ਕੋਈ ਤੁਹਾਡੇ ਪਿੰਡ ਦਾ ਪਰਿਵਾਰ ਗਰੀਬ ਆ, ਹੁਣ ਸਾਰੇ ਪਿੰਡਾਂ ਦੇ ਵਿੱਚ ਗਰੀਬ ਕੋਈ ਨਾ ਕੋਈ ਬੰਦੇ ਨੂੰ ਰਾਸ਼ਨ ਦਿੱਤਾ ਜਾਂਦਾ ਵਾ ਜਾਂ ਇੱਦਾਂ ਹੁੰਦੀ ਆ, ਸਾਡੇ ਪਿੰਡ ਦੇ ਵਿੱਚ ਨਾ ਲੋਕਡਾਊਨ ਦੇ ਵਿੱਚ ਕੋਈ ਰਾਸ਼ਨ ਦੇਣ ਆਇਆ ਬਾਹਰੋਂ, ਨਾ ਸਾਡੇ ਪਿੰਡ ਦੇ ਨੂੰ ਕਿਸੇ ਬੰਦੇ ਨੂੰ ਰਾਸ਼ਨ ਦੀ ਘਾਟ ਰਹੀ। ਸਿਰਫ ਗੱਲ ਕੀ ਆ ਵੀ ਪੈਸੇ ਦਾ ਤੁਹਾਨੂੰ ਕੰਮ ਕਰਨ ਦਾ ਤਰੀਕਾ ਚਾਹੀਦਾ। ਪਿੰਡ ਦੇ ਵਿੱਚ ਪਾਰਟੀ ਬਾਜ਼ੀ ਹੁੰਦੀਆਂ ਵਾ, ਸਾਡੇ ਪੈਸੇ ਭੇਜਣ ਤੇ ਬਾਅਦ ਪਾਰਟੀ ਬਾਜ਼ੀ ਹੋਈ, ਉੱਥੇ ਕਾਫੀ ਕੁਝ ਹੋਇਆ, ਪਰ ਉਹਨੂੰ ਸੈਟਿੰਗ ਕਰਨ ਲਈ NRI ਭਰਾ ਇੰਨਾ ਕੁ ਦਮ ਰੱਖਦੇ ਆ, ਕਿਉਂਕਿ ਜੇ ਉਹ ਨਹੀਂ ਜੇ ਦਬਕਾ ਮਾਰਦੇ ਆ ਕਿ ਤੁਸੀਂ ਨਹੀਂ ਕਰਨਾ ਸਹੀ ਤੇ ਅਸੀਂ ਪੈਸਾ ਨਹੀਂ ਭੇਜਣਾ, ਪਰ ਉੱਥੇ ਸਾਡੇ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਵੀ ਜਿਹੜੀ NRI ਨੂੰ ਆਪਣੇ ਪਿੰਡ ਲਈ ਕੰਮ ਕਰਨ ਲਈ ਰੋਕਦੀ ਆ। ਉਹ ਜਿਹੜੀ ਗੱਲ ਸਾਡੀ ਹੋਊਗੀ ਉਹਦੇ ਵਿੱਚ ਵੇਖੋ ਸਾਡੀ ਜਿਹੜੀ ਆ ਉਹਦੇ ਵਿੱਚ ਸਾਡੀ ਤੇ ਕੋਈ ਭੂਮਿਕਾ ਹੀ ਨਹੀਂ ਰਹਿ ਜਾਣੀ। ਜਿਹੜਾ ਕੋਈ ਜਿੱਦਾਂ ਅਸੀਂ ਕੰਮ ਕਰਨ ਡੇ ਆ ਆਪਣੇ ਮਤਲਬ ਕਿ ਤੌਰ ਦੇ ਉੱਤੇ 5-6 ਬੰਦੇ, ਮੈਂ ਆ, ਗੈਰੀ ਆ, ਕੀਰਤ ਵਾ, ਮੋਨੂ ਆ, ਬਲਕਾਰ ਵੀਰ ਆ ਮੇਰਾ, ਰਵਿੰਦਰ ਵੀਰ ਵਾ, ਇੱਕ ਗਿੱਲ ਸਾਹਿਬ ਨੇ ਸਾਡੇ ਕੈਨੇਡਾ ਤੋਂ, ਸਾਡਾ ਜਿਹੜਾ 7-8 ਬੰਦਿਆਂ ਦਾ ਸਿਸਟਮ ਆ, ਸਾਨੂੰ ਇੱਕ ਦੂਜੇ ਦੇ ਉੱਤੇ ਕੋਈ ਡਾਊਟ ਨਹੀਂ ਹੈਗਾ। ਜਿਹਨੂੰ ਅਸੀਂ ਪੈਸੇ ਭੇਜੇ ਨੇ ਉੱਥੇ ਸਾਨੂੰ ਕੋਈ ਡਾਊਟ ਨਹੀਂ ਹੈਗਾ, ਕਿਉਂਕਿ ਬਕਾਇਦਾ ਅਸੀਂ ਸਾਰਾ ਕੁਝ ਸੈਟਲ ਕਰਕੇ ਫਿਰ ਹੀ ਉਹਨੂੰ ਕਹਿੰਦੇ ਹਾਂ ਵੀ ਤੈਨੂੰ ਇੰਨੇ ਪੈਸੇ ਆ ਰਹੇ, ਇੰਨੇ ਤੇਰੇ ਨੇ, ਇੰਨੇ ਜਾ ਰਹੇ ਨੇ। 3 ਸਾਲ ਦੇ ਵਿੱਚ ਅਸੀਂ ਤਾਂ ਕੋਈ NGO ਖੜਾ ਨਹੀਂ ਕੀਤਾ, ਨਾ ਸਾਨੂੰ ਕਿਸੇ ਦਾ ਸ਼ੱਕ ਵਾ। ਕੰਮ ਤੁਸੀਂ ਕਰਨਾ ਵਾ, ਤੁਸੀਂ ਉਹ ਸੈਟਿੰਗ ਕਰਨੀ ਆ ਸਾਰੀ, ਤੁਸੀਂ ਹੀ ਬੰਦਾ ਰੱਖਣਾ ਵਾ ਅੱਗੇ, ਤੁਹਾਨੂੰ ਬੰਦੇ ਨੇ ਜਿਹੜਾ ਵਾ ਉਹ ਸਾਰਾ ਹਿਸਾਬ ਕਿਤਾਬ ਦੇਣਾ, ਤੁਸੀਂ ਉਹਨੂੰ ਪੈਸਾ ਹੀ ਉਨਾ ਭੇਜਣਾ ਕਿ ਜਿੰਨੇ ਦੀ ਲੋੜ ਵਾ। ਜਦੋਂ ਤੁਸੀਂ ਵੱਧ ਪੈਸਾ ਹੀ ਨਾ ਭੇਜੋਗੇ ਤੇ ਹਿਸਾਬ ਲੈਣ ਦੀ ਤੁਹਾਨੂੰ ਲੋੜ ਹੀ ਕੋਈ ਨਹੀਂ ਪਏਗੀ। ਜੇ ਤੁਹਾਡੇ ਗਰੁੱਪ ਦੇ ਵਿੱਚ 50 ਮੈਂਬਰ ਨੇ ਤੇ ਉਹ 50ਵਾਂ ਮੈਂਬਰਾਂ ਦੇ ਵਿੱਚ ਜੇ ਉੱਥੇ ਇੰਡੀਆ ਕਿਸ ਨੂੰ 10,000 ਰੁਪਏ ਦੀ ਲੋੜ ਆ ਤਾਂ ਉਹ 10,000 ਰੁਪਇਆ 3 ਮੈਂਬਰ ਪੂਰਾ ਕਰ ਸਕਦੇ ਨੇ, 47 ਮੈਂਬਰ ਸਾਈਡ ਤੇ ਰਹਿ ਜਾਂਦੇ ਨੇ, ਸਿਰਫ 3 ਮੈਂਬਰ ਸੇਵਾ ਕਰਨਗੇ। ਉਹ ਗਰੁੱਪ ਦੇ ਵਿੱਚੋਂ ਪਤਾ ਹੋਊਗਾ ਸਾਰੇ ਬੰਦਿਆਂ ਨੂੰ ਵੀ ਕਿੰਨੇ ਕਿੰਨੇ ਸੇਵਾ ਕੀਤੀ ਆ, ਅਗਲੀ ਸੇਵਾ ਦੇ ਵਿੱਚ ਉਹਨਾਂ ਬੰਦਿਆਂ ਨੂੰ ਸੈਪਰੇਟ ਰੱਖਿਆ ਜਾਊਗਾ, ਬਾਕੀ ਦੇ 47 ਕੰਮ ਕਰਨਗੇ। ਜੇ 10,000 ਦੀ ਲੋੜ 10,000 ਹੀ ਭੇਜਿਆ ਜਾਵੇ, ਉਹਦੇ ਵਿੱਚ ਤੀਜੀ ਰਾਏ ਨਹੀਂ ਰਹਿ ਜਾਂਦੀ, ਨਾ ਉਹਦੇ ਵਿੱਚ ਕੋਈ ਵਿਚੋਲਾ ਵਾ, ਨਾ ਉਹਦੇ ਵਿੱਚ ਕੋਈ ਸਮਾਜ ਸੇਵੀ ਆ, ਤੇ ਨਾ ਉਹਦੇ ਵਿੱਚ ਕੋਈ ਪਰਦਾ ਵਾ। ਸਾਡਾ ਕੰਮ ਕਰਨ ਦਾ ਤਰੀਕਾ 7 ਜਣਿਆਂ ਦਾ ਇਹ ਆ ਕਿ ਅਸੀਂ ਪੈਸੇ ਉਹ ਤੋਂ ਜਦੋਂ ਗੱਲ ਕਰਦੇ ਕਿੰਨੇ ਦੇ ਟੈਸਟ ਹੋਣੇ ਆ, ਕਿੰਨੀ ਡਾਕਟਰ ਦੀ ਫੀਸ ਆ, ਕਿੰਨੀ ਮੈਡੀਸਨ ਆਉਂਦੀ ਆ, ਉਹਦਾ ਕਰੀਬ ਅਸੀਂ ਓਨਾ ਪੈਸਾ ਜਿੰਨਾ ਉਹਨੂੰ ਐਟ ਏ ਟਾਈਮ ਲੋੜ ਹੁੰਦੀ ਆ, ਜਿੱਦਾਂ 10,000 ਦੇ ਟੈਸਟ ਸੀ ਸਾਡੇ ਪਿਛਲੇ ਕੇਸ ਦੇ ਵਿੱਚ, ਤੇ ਉਹਦੇ ਕੁਝ ਡਾਕਟਰ ਦੀ ਮੈਸ ਜਿਹੜੀ ਉਹਦੀ ਅੱਖ ਦਾ ਪਾਰਟਸ ਮੰਗਾਉਣਾ ਸੀ ਬੰਦੇ ਦਾ, ਉਹਦਾ ਹੀ ਹਿਸਾਬ ਕਿਤਾਬ ਅਸੀਂ ਉਹਨਾਂ ਨੂੰ ਪਹਿਲਾਂ 15,000 ਰੁਪਇਆ ਭੇਜਿਆ ਸੀ ਕਿ ਇਹਦੇ ਟੈਸਟ ਕਰਵਾਓ, ਡਾਕਟਰ ਨੂੰ ਦਿਖਾਓ, ਇੰਨੇ ਕੁ ਪੈਸਿਆਂ ਦੇ ਵਿੱਚ ਹੋ ਜਾਣਾ। ਜਦੋਂ ਸਾਨੂੰ 15,000 ਰੁਪਇਆ ਖਰਚੇ ਦਾ ਹਿਸਾਬ ਕਿਤਾਬ ਆ ਗਿਆ, ਜੋ ਸਾਨੂੰ ਪਤਾ ਲੱਗਿਆ ਵੀ ਇੰਨੇ ਕੁ ਪੈਸੇ ਸਾਡੇ ਕੋਲ ਬੰਦੇ ਕੋਲ ਬਚੇ ਆ, ਬਾਕੀ ਜਿਹੜੇ ਪੈਸੇ ਆ ਉਹ ਜਿਸ ਦਿਨ ਆਪਰੇਸ਼ਨ ਕਰਾਉਣਾ ਅਸੀਂ ਉਹਨੂੰ ਭੇਜਦੇ ਹਾਂ ਵੀ ਡਾਕਟਰ ਦੇ ਸਾਰੇ ਕੁਝ ਪਾ ਕੇ ਮਤਲਬ ਵੀ ਇੰਨੇ ਕੁ ਪੈਸੇ 40,000-50,000 ਰੁਪਇਆ ਲੱਗਣਾ ਉਹਨੇ ਪੇ। ਉਹ ਤੋਂ ਬਾਅਦ ਫਿਰ ਸਰਕਾਰੀ ਹਸਪਤਾਲ ਦੇ ਵਿੱਚ ਕੁਝ ਸਹੂਲਤ ਹੋਣ ਕਰਕੇ ਉੱਥੇ ਇਲਾਜ ਨਹੀਂ ਹੋ ਪਾਉਂਦਾ, ਉਹ ਬੰਦਾ ਸਾਡਾ ਉਸ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ, ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿਹੜਾ ਉਹਦੇ ਪੈਸੇ ਥੋੜੇ ਘੱਟ ਜਾਂਦੇ ਆ, ਜਿਹੜੇ ਅਸੀਂ ਪੂਰੇ ਸਬੂਤ ਵੇਖਣ ਤੋਂ ਬਾਅਦ ਅਸੀਂ ਉਹਨੂੰ ਪਾ ਦਿੰਦੇ। ਇਹਦੇ ਵਿੱਚ ਕੋਈ ਸਮਾਜ ਸੇਵੀ ਨਹੀਂ ਹੈਗਾ, ਇਹਦੇ ਵਿੱਚ ਕੋਈ ਤੀਜਾ ਬੰਦਾ ਨਹੀਂ ਹੈਗਾ, ਇਸ ਵਿੱਚ ਕੋਈ ਵੀ ਹੈ ਨਹੀਂ, ਕਿਉਂਕਿ ਮੈਨੂੰ ਪਤਾ ਵਾ ਵੀ ਅਸੀਂ ਇੰਨੇ ਬੰਦਿਆਂ ਨੇ ਇੰਨੇ ਇੰਨੇ ਪੈਸੇ ਇਕੱਠੇ ਕੀਤੇ ਆ। ਮੈਨੂੰ ਗੈਰੀ ਨੇ 100 ਭੇਜਿਆ, ਮੈਨੂੰ ਬਲਕਾਰ ਨੇ 100 ਭੇਜਿਆ, ਮੈਨੂੰ ਕੀਰਤ ਨੇ 100 ਦਿੱਤਾ, ਮੈਂ 200 ਪਾਇਆ, ਜਾਂ ਮੈਂ 150 ਜਾਂ 50 ਪਾਏ, ਮੋਨੂ ਨੇ 200 ਦਿੱਤਾ, ਜਾਂ ਗਿੱਲ ਸਾਹਿਬ ਨੇ $200 ਭੇਜਿਆ।
ਇਹਦੇ ਵਿੱਚ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਵੀ ਕੌਣ ਕੌਣ ਕਿੰਨੇ ਪੈਸੇ ਭੇਜੇ ਤੇ ਸਾਡੇ ਕੋਲ ਕਿੰਨੇ ਪੈਸੇ ਆਏ ਸੀ, ਕਿੰਨੇ ਭੇਜੇ ਗਏ, ਕਿੰਨੇ ਖਰਚੇ ਗਏ। ਧੰਨਵਾਦ ਜੀ ਬਘੇਲ ਸਿੰਘ, ਤੁਹਾਡਾ ਬਹੁਤ ਬਹੁਤ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਤੁਹਾਡਾ ਇੰਨਾ ਬਿਜ਼ੀ ਸ਼ੈਡਿਊਲ ਵੀ ਆ ਉਹਦੇ ਵਿੱਚ ਤੁਸੀਂ ਆਪਣਾ ਸਮਾਂ ਕੱਢਿਆ। ਜਿਵੇਂ ਕਿ ਅਸੀਂ ਹੁਣ ਬਘੇਲ ਸਿੰਘ ਜੀ ਨਾਲ ਗੱਲਬਾਤ ਕਰਕੇ ਹਟੇ ਹਾਂ ਤੇ ਇਹਨਾਂ ਨੇ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਜਿਹੜੇ ਸਵਾਲ ਪਹਿਲੇ ਦਿਨ ਤੋਂ ਗੋਲਡੀ ਪੀਪੀ ਪੁਨੀਤ ਪੀਪੀ ਦੇ ਖਿਲਾਫ਼ ਜਿਹੜੇ ਚੱਕ ਰਹੇ ਨੇ ਤੇ ਇਹਨਾਂ ਨੇ ਕਿਹਾ ਅਸੀਂ ਇੱਦਾਂ ਹੀ ਜਾਰੀ ਰਵਾਂਗੇ। ਇੱਕ ਦੋ ਹੋਰ NGOs ਦੇ ਖਿਲਾਫ਼ ਇਹਨਾਂ ਨੇ ਜਿਹੜੀ ਤੁਹਾਨੂੰ ਦੱਸ ਦਈਏ ਇਸ ਇੰਟਰਵਿਊ ਦੇ ਵਿੱਚ ਜਿਹੜੇ ਆਵਾਜ਼ ਚੁੱਕੇ ਨੇ ਨਵੀਂ ਜਿਹੜੀ ਕਹਿ ਸਕਦੇ ਆ ਕਾਫੀ NGOs ਦੇ ਖਿਲਾਫ਼ ਇਹਨਾਂ ਨੇ ਆਪਣਾ ਕਹਿ ਸਕਦੇ ਆ ਤੇ ਇਹਨਾਂ ਨੇ ਇੱਕ ਹੋਰ ਜਿਹੜਾ ਹੈ ਆਈਡੀਆ ਵੀ ਦਿੱਤਾ ਹੈ ਵੀ ਜਿਹੜੇ NRI ਵੀਰ ਨੇ ਉਹ ਸਿੱਧਾ ਜਿਹੜਾ ਹੈ ਲੋਕਾਂ ਦੀ ਸੇਵਾ ਕਰ ਸਕਦੇ ਆ, ਉਹਦੇ ਲਈ ਇਹ ਆਈਡੀਆ ਵੀ ਦਿੱਤਾ। ਹੁਣ ਅਸੀਂ ਕਹਿ ਨਹੀਂ ਸਕਦੇ ਵੀ ਕਿਹੜਾ ਸੱਚਾ ਹੈ ਕਿਹੜਾ ਝੂਠਾ ਹੈ, ਇਹ ਹੁਣ ਤੁਸੀਂ ਜਿਹੜਾ ਹੈ ਤੁਹਾਡੇ ਤੇ ਛੱਡ ਦਿੱਤਾ ਗਿਆ ਦਰਸ਼ਕਾਂ ਤੇ, ਤੁਸੀਂ ਆਪ ਸੋਚਣਾ, ਤੁਸੀਂ ਆਪ ਸਿਆਣੇ ਹੋ, ਤੁਹਾਨੂੰ ਆਪ ਜਿਹੜਾ ਹੈ ਵੀਡੀਓਜ਼ ਦੇਖ ਕੇ ਪਤਾ ਲੱਗ ਜਾਏਗਾ ਵੀ ਕੌਣ ਜਿਹੜਾ ਸੱਚਾ ਹੈ ਕੌਣ ਜਿਹੜਾ ਝੂਠਾ। ਸੋ ਵਧੇਰੀ ਅਪਡੇਟਸ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ, ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।